ਕਹਾ ਤੂੰ ਆਇਆ ਨਾ ਮੈਂ ਬਚ ਗਈ ਨਾ ਮੈਂ ਨਹੀਂ ਆਉਂਦੀ ਬਾਹਰ ਮੈਂ ਨਹੀਂ ਆਉਂਦੀ ਬਾਹਰ ਖਿੱਚ ਨੂੰ ਫੜ ਓਹ ਤੇਰੇ ਮੈਂ ਮਾਰਾ ਸਿਰ ਚ ਫਿਰ ਤਾਂ ਵੱਡੀਆਂ ਮੈਥਾ ਬਸ 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 ਕਰ ਲੜਾਇਆ ਤੂੰ ਅਹੀ ਜਦ ਮਾਰ ਤੂੰ ਕਿੱਥੋਂ ਲੜਾਇਆ ਬਾਈ ਮੇਰੀ ਗੱਲ ਸੁਣੋ ਕਿ ਇਹ ਜੇ ਸਾਡੇ ਵਿਚੋਲੇ ਨੂੰ ਲੈ ਕੇ ਆਇਆ ਸੀ ਤੂੰ ਉਹ ਤੂੰ ਕਿਸੇ ਵਿਚੋਲੇ ਤੋਂ ਕੀ ਲੈਣਾ ਕੋਈ ਗੱਲ ਨਹੀਂ ਸਭ ਕੁਝ ਸੈੱਟ ਹੋ ਜਾਊਗਾ ਕੋਈ ਨਹੀਂ ਮੈਂ ਪ੍ਰਗਟ ਨਾਲ ਗੱਲ ਕੀਤੀ ਸੀਗੀ ਮੈਂ ਇਹਨੂੰ ਸਮਝਾ ਆਵਾਂ ਇਹ ਜਿਹਾ ਕੰਮ ਐਵੇਂ ਹੀ ਕਰਦੇ ਹੁੰਦੇ ਹੈਗੇ ਹਾਏ 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 ਮੇਰੇ ਸਾਰੇ ਚੁੱਪ ਕਰ ਕੀ ਦਾ ਫੋਨ ਆ ਗਿਆ ਪ੍ਰਗਟ ਦਾ ਫੋਨ हेलो बस कोई ना चुप हो जा हेलो हां हां प्रगट कुछ नहीं घरे बैठा सी मैं ता रोटी खाई जांदे सी रोटी खाई जांदे सी हां अच्छा अच्छा तू जानागा चल ठीक है मैं आना खेती आना बस ठीक है आ गया ले बन की गल की कहंदा ओने मेनू दस दस नहीं पाई सी हाँ। आदे साले दी हां ते ओदे पासे पूछन जाना ओनो कहंदा मान ले चल हुन मोर सिर च तेरे मार दे चल ਕਿੱਧਰ ਆ ਕੇ ਖੂਚ ਥਾਲ ਮਾਰਨ ਲੱਗੀ ਐ ਬਾਈ ਹੁਣ ਮੈਂ ਤੇਰੇ ਵਿਚੋਲੇ ਨੂੰ ਇੱਥੇ ਵਿੱਚ ਲੰਕਾਉਂ ਜੇ ਉਹ ਤੂੰ ਆ ਜਾ ਆ ਜਾ ਆ ਪ੍ਰਗਟ ਨੇ ਸੱਦਿਆ ਮੈਨੂੰ ਹੁਣ ਨਹੀਂ ਦੱਸ ਪਾਈ ਹੈਗੀ ਅੱਛਾ ਆ ਪ੍ਰਗਟ ਨੂੰ ਨਹੀਂ ਫਿਰਾ ਕੇ ਲਿਆ ਅਗਲ ਨੂੰ ਹੱਥ ਮਾਰਿਆ ਕਰ ਮੇਰਾ ਤਾਂ ਨਾ ਜੀ ਕਰਦਾ ਤਾਂ ਬਸ ਮੈਂ ਬਸ ਹੁਣ ਗਰੀਬ ਬਾਲ ਕੋਟ ਦੇ ਦਾ ਐਡਾ ਨਹੀਂ ਤਾਂ ਪਾਇਆ ਅੱਜ ਜੇ ਕੋਈ ਗੱਲ ਬਣ ਜਾਂਦੀ ਜਾ ਜਾਂ ਦੀ ਕਰ ਬਿਨਾ ਬੜਾ ਝਟਕੀ ਚੱਲ ਹੁਣ ਮੈਂ ਜਾਣਦਾ ਪ੍ਰਗਟ ਨੇ ਬੋਲ ਕੀਤਾ ਸੀ ਮੈਨੂੰ ਮੈਨੂੰ ਸੱਦ ਕੇ ਬਾਬ ਜਾ ਸੱਦ ਕੇ ਲਿਆਉਣਾ ਸੀ ਕੀ ਕਿਉਂ ਕਰਿਆ ਸੀ ਪ੍ਰਗਟ ਨੇ ਫੋਨ ਬਾਈ ਮੇਰੀ ਗੱਲ ਸੁਣ ਲਾ ਉਹ ਜਿਹੜਾ ਵਿਚੋਲਾ ਜਾ ਆਇਆ ਸੀ ਨਾ ਉਹਨੂੰ ਬੁਲਾਇਆ ਨਾ ਕਰ ਬਾਈ ਓਏ ਨਹੀਂ ਬੁਲਾਉਂਦੇ ਹੁਣ ਨਵਾਂ ਵਿਚੋਲਾ ਆ ਪਰ ਕਿ ਵਿਚੋਲਾ ਬਣਾਇਆ ਆਉਂਦਾਗਾ ਨੇ ਤਨੋ ਇਹ ਜੇ ਕੰਮ ਕਰਦੀ ਉਹਨਾਂ ਦੇ ਭਰਾ ਕਨੀ ਵੀ ਦੇਖਿਆ ਗਿਆ ਤੂੰ ਬੋਲ ਕੇ ਜਾ ਜਾਂਦੀ ਕਰਤੀ ਸੀ ਉਹੀ ਗੱਲ ਤੈਨੂੰ ਸਾਰੇ ਸਾਡੀ ਥੂ ਥੂ ਕਰਾਤੀ ਸੀ ਨਾਲ ਨੇ ਅਸੀਂ ਸਾਰੇ ਕਿਤੇ ਭਾਲਦੇ ਫਿਰਦੇ ਸਾਨੂੰ ਕੀ ਪਤਾ ਲੱਗਣਾ ਸੀ ਤੈਨੂੰ ਇਹੀ ਜੀ ਕੀ ਕਿਸੇ ਨੇ ਕੀ ਆਖਿਆ ਤੈਨੂੰ ਜੇ ਨਹੀਂ ਕੋਈ ਵਿਆਹ ਹੁੰਦਾ ਹੋ ਜਾਊਗਾ ਤੂੰ ਖੁੱਚ ਡਿੱਗਣਾ ਫਿਰ ਮੈਂ ਤੂੰ ਆਪ ਹੀ ਕਿਹਾ ਸੀ ਵੀ ਇਹ ਸੂਟ ਹੁਣ ਨਹੀਂ ਤੂੰ ਪਾਉਣਾ ਕੋਈ ਨਾ ਸੁੱਟਾਂ ਦਾ ਕੀ ਤੋੜਾ ਕਰਦੇ ਰੇ ਸਮਾਈ ਜਾਣਗੇ ਜਦੋਂ ਕੋਈ ਹੋਰ ਬਥੇਰੇ ਸਮਾ ਦੇਾਂਗੇ ਤੋੜਾ ਕਸੜਾ ਕਰੇ ਚਲ ਚੰਗਾ ਤੇ ਟੈਨਸ਼ਨ ਵਧਾਈ ਹੈਗੀ ਚਲ ਚੰਗਾ ਹੁਣ ਲੜਦੀ ਕਾਤੋਂ ਲੜਦੀ ਕਾਤੋਂ ਵੀ ਨਾ ਵਾਲਾ ਬੋਲ ਇਹਨੂੰ ਮੈਂ ਤਾਂ ਜੀ ਕਰਦਾ ਨਾ ਬਸ ਮੂੰਹ ਰੰਗ ਦਾ ਮਾਰ ਮਾਰ ਲਫੇੜੇ ਇਹੋ ਜਿਹਾ ਕੰਮ ਵਧਾਇਆ ਭਾਵੀ ਬੁਲਾਉਂਦੀ ਨਹੀਂ ਤੈਨੂੰ ਬੁਲਾਉਂਦੀ ਨਹੀਂ ਨਾ ਬਲਾ ਨਹੀਂ ਬੁਲਾਉਂਦੀ ਗਾਹਾਂ ਉਹੀ ਗੱਲ ਫਿਰ ਕਹਿੰਦਾ ਅਗਲਾ ਜੇ ਮਾਮਾ ਨਾ ਨਹੀਂ ਕੱਢਦੀਆਂ ਸੱਸਾਂ ਨਾ ਕਿਵੇਂ ਕੱਟਣਗੀਆਂ ਜੀਵਨ ਨਹੀਂ ਆਉਂਦਾ ਮੈਂ ਲੱਗਦਾ ਹਾਂ 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 ਕਿਵੇਂ ਪ੍ਰਗਟਾ ਠੀਕ ਆ ਵਧੀਆ ਤੇ ਕਿਵੇਂ ਫੋਨ ਕੀਤਾ ਉਹ ਫੋਨ ਤਾਂ ਮੈਂ ਤੈਨੂੰ ਐ ਕਰਿਆ ਸੀਗਾ ਉਹ ਤੈਨੂੰ ਜਿਹੜੀ ਮੈਂ ਦੱਸ ਪਾਈ ਸੀ ਆਪਦੇ ਸਾਲੇ ਬਾਰੇ ਤੇ ਮੈਂ ਜਾਇਆ ਸੀਗਾ ਕਿਰਾ ਅੱਛਾ ਤੂੰ ਜਾਇਆ ਸੀ ਹਾਂ ਅੱਛਾ ਕੀ ਕਹਿੰਦੇ ਉਹਦਾ ਮੇਰਾ ਸਾਲਾ ਤਾਂ ਕਹਿੰਦਾ ਵੀ ਤੁਹਾਨੂੰ ਜਾਣਦਾ ਹੈਗਾ ਪਹਿਲਾਂ ਤੋਂ ਨਹੀਂ ਸਾਨੂੰ ਹਾਂ ਜਦੋਂ ਮੈਂ ਤੁਹਾਡਾ ਘਰ ਬਾਰ ਦੱਸਿਆ ਉਹਨਾਂ ਨੂੰ ਤੇ ਕਹਿੰਦਾ ਮੇਰਾ ਇੱਕ ਵਾਰੀ ਪਤਾ ਨਹੀਂ ਰਾਹ ਚ ਮੋਟਰਸਾਈਕਲ ਦਾ ਤੇਲ ਦੋਲ ਮੁੱਕ ਗਿਆ ਸੀ ਕਹਿੰਦਾ ਮੈਂ ਜਾ ਕੇ ਆਇਆ ਸੀ ਉਦਾਂ ਦੀ ਕੋਈ ਨਹੀਂ ਤੇਲ ਲੈ ਕੇ ਆਇਆ ਸੀ ਕਹਿੰਦਾ ਮੈਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਉਹ ਤੇਰਾ ਸਾਲਾ ਸੀ ਹਾਂ ਉਹ ਤੇਰੀ ਮੈਂ ਤਾਂ ਪਹਿਲੀ ਵਾਰ ਦੇਖਿਆ ਪਰ ਹਾਂ ਹਾਂ ਠੀਕ ਆ ਫਿਰ ਤਾਂ ਘਰ ਬਾਰ ਤਾਂ ਉਹਨੇ ਦੇਖੀ ਹੈ ਹਾਂ ਹਾਂ ਉਹ ਕਹਿੰਦਾ ਮੈਂ ਦੇਖਿਆ ਘਰ ਬਾਰ ਬਾਕੀ ਕਹਿੰਦਾ ਮੈਂ ਕੁੜੀ ਵੀ ਦੇਖੀ ਹੋਈ ਹੈ ਅੱਛਾ ਹਾਂ ਕਹਿੰਦਾ ਮੈਨੂੰ ਤਾਂ ਪਸੰਦ ਹੈ ਅੱਛਾ ਫਿਰ ਤਾਂ ਚਲੋ ਵਧੀਆ ਹੋ ਗਿਆ ਅੱਜ ਸਹੁਰੇ ਨੇ ਫੋਨ ਕਰਿਆ ਸੀ ਮੇਰੇ ਨੇ ਕਹਿੰਦਾ ਵੀ ਤੂੰ ਆ ਕੇ ਜਾਈਂ ਕਹਿੰਦਾ ਮੈਂ ਕਿਹਨਾਂ ਗੱਲ ਕਰਨਾ ਉਹਦੇ ਹੈ ਹੀ ਨਹੀਂ ਸੀਗਾ ਘਰੇ ਉਹ ਅੱਛਾ ਹੈ ਨਹੀਂ ਸੀ ਹਾਂ ਉਹ ਤਾਂ ਕਿਤੇ ਗਿਆ ਹੋਇਆ ਸੀਗਾ ਠੀਕ ਹੈ ਤਾਂ ਕਰਕੇ ਉਹਨੇ ਅੱਜ ਫੋਨ ਕਰਿਆ ਕਹਿੰਦਾ ਵੀ ਆ ਕੇ ਜਾਈਂ ਹੁਣ ਮੇਰੀ ਸਲਾਹ ਆਇਆ ਵੀ ਹੁਣ ਮੈਂ ਜਾ ਕੇ ਆਉਣਾ ਤੇ ਮੰਗ ਮੁੰਗ ਫਿਰ ਕਰੀ ਕੋ ਗੱਲ ਮੰਗ ਦੀ ਤਾਂ ਗੱਲ ਸਾਰੀ ਕਰ ਲਈ ਸੀ ਸਾਲੇ ਨਾਲ ਤਾਂ ਉਹ ਤਾਂ ਕਹਿੰਦਾ ਆਪਾਂ ਨੂੰ ਤਾਂ ਕਾਸੇ ਦੀ ਲੋੜ ਨਹੀਂ ਹੈਗੀ ਜਿੰਨਾ ਅਗਲੇ ਸਰਦਾ ਵਰਦਾ ਉਹਨਾਂ ਲਾ ਦੇਣਾ ਬਾਕੀ ਜੇ ਮੈਂ ਆਪਦੇ ਸਹੁਰੇ ਨਾਲ ਗੱਲ ਕਰਕੇ ਆਉਂਗਾ ਅੱਜ ਪੱਕੀ ਅੱਛਾ ਚਲੋ ਆਪਦੇ ਸਹੁਰੇ ਨਾਲ ਕਰਕੇ ਨਾ ਗੱਲ ਦੇਖ ਦਿਖਾਈ ਦੀ ਤੂੰ ਕਰ ਲਈ ਸਾਰੀ ਬਾਕੀ 100 ਗੱਲਬਾਤ ਹੁੰਦੀ ਆ ਅਗਲੇ ਦੇ ਘਰੇ ਬਾਰੇ ਹੁਣ ਜਾਇਜ਼ ਹੀ ਪਤਾ ਲੱਗਦਾ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਜੇ ਚੁੰਨੀ ਚੜਾਵਾ ਕਰਨਾ ਹੋਇਆ ਭਰਾਓ ਚੁੰਨੀ ਚੜਾਵਾ ਕਰ ਲਿਓ ਜੇ ਕੋਈ ਆਪਦੀ ਬਰਾਤ ਲੈ ਕੇ ਆਉਣੀ ਤਾਂ ਬਰਾਤ ਲੈ ਆਇਓ ਹਨਾ ਉਹ ਤਾਂ ਯਾਰ ਜਿਹੇ ਜੀ ਆਪਾਂ ਨੂੰ ਠੀਕ ਆ ਉਹ ਕਹਿਣਗੇ ਆਪਾਂ ਉਹ ਜਿਹਾ ਕਰ ਲਾਂਗੇ ਆਪਣੇ ਕਹਿਣ ਚੋਂ ਤਾਂ ਬਾਹਰ ਹੈ ਵੀ ਨਹੀਂ ਗਿਆ ਬਸ ਐਂ ਕਰੀ ਤੂੰ ਬਸ ਬਾਹਲਾ ਤਾਂ ਮੰਗ ਮੁੰਗ ਤਾਂ ਖੈਰ ਆਪਣੀ ਵੀ ਕਿੱਲੇ ਦਾ ਲੱਖ ਰੁਪਇਆ ਗਏ ਹਾਂ ਹਾਂ ਉਹ ਤਾਂ ਖੜ ਤੂੰ ਮੈਨੂੰ ਉਹ ਦੱਸ ਹੀ ਦਿੱਤਾ ਸੀ ਇਹ ਤਾਂ ਹੀ ਮੈਨੂੰ ਚਲ ਠੀਕ ਹੈ ਫਿਰ ਤਾਂ ਬੜੀ ਵਧੀਆ ਗੱਲ ਹੈ ਤੇ ਮੇਰੀ ਯਾਰ ਇੱਕ ਤਮੰਨਾ ਇਹ ਤੂੰ ਮਾੜਾ ਜਿਹਾ ਘਰੇ ਆ ਜੇ ਕਿਵੇਂ ਸੀ ਉਹ ਫਿਰ ਐ ਨਾ ਮੇਰੀ ਮਾਂ ਵਰਗਿਆਂ ਨੂੰ ਸਾਰਿਆਂ ਨੂੰ ਐ ਹੋ ਜਾਊਗਾ ਫਿਰ ਨਾ ਗੱਲ ਜੀ ਕੋਈ ਗੱਲ ਨਹੀਂ ਆਪਾਂ ਬਾਅਦ ਚੱਲਦੇ ਘਰੇ ਆ ਚਲੀਏ ਫਿਰ ਜਾਂਦਾ ਉਧਰ ਹੀ ਲੰਘ ਜੀ ਚੱਲ ਆ ਚਲੀਏ ਠੀਕ ਮੈਂ ਮਾਂ ਪਾਣੀ ਪੀ ਨਹੀਂ ਦੇ ਆਪੜਾ ਕੁੱਟ ਪਾਣੀ ਪੀ ਹੋਰ ਇੱਕ ਜੱਪ ਖੜਾ ਹੋ ਗਿਆ ਸੀ ਨਹੀਂ ਮੈਂ ਤਾਂ ਟੈਨਸ਼ਨ ਖੜੀ ਹੋ ਗਈ ਕਰਿਆ ਤਾਂ ਨਾ ਉਹਨੇ ਆਪਣੇ ਵਿਚੋਲੇ ਨੇ ਮਾੜਾ ਕਰਿਆ ਵਿਚੋਲੇ ਨੇ ਤਾਂ ਮਾੜਾ ਕਰਿਆ ਉਹ ਤਾਂ ਸੂਟਾਂ ਦਾ ਕੱਢ ਕੱਢ ਕੇ ਦੇਖਣ ਕਾਹਦਾ ਲੱਗ ਗਈ ਟੈਨਸ਼ਨ ਹੀ ਲੈ ਗਈ ਟੈਨਸ਼ਨ ਲੈ ਗਈ ਆਏ ਲੈ ਕੇ ਭੱਜ ਲਈ ਜੇ ਨਾ ਜੀ ਮੈਨੂੰ ਪਤਾ ਲੱਗਦਾ ਜਾ ਜਾਂਦੀ ਹੋ ਜਾਂਦੀ ਨਾਲੇ ਅਗਲਾ ਕਹਿੰਦਾ ਹਮੀ ਕਿਉਂ ਮਰ ਗਈ ਆਪਣੇ ਫਿਰ ਤਾਂ ਉਹੀ ਗੱਲ ਆ ਤਾਂ ਬੇੜਾ ਹੱਥ ਨਹੀਂ ਆਉਣਾ ਸੀ ਫੰਗਾ ਦੀਆਂ ਡਾਰਾਂ ਬਣ ਜਾਂਦੀਆਂ ਕੁੜੀ ਤੇ ਇਹ ਜੀ ਦਿਮਾਗ 'ਚ ਕਿਵੇਂ ਆਈ ਬਸ ਕੀ ਕਹਿ ਸਕਦੇ ਆ ਮਾਂ ਮੈਂ ਤਲਾ ਦੇ ਦੇ ਦਿਮਾਗ ਤੇ ਕਿਤੇ ਬੋਝ ਹੀ ਨਾ ਪੈ ਗਿਆ ਹੋਵੇ ਹੋਰ ਹੁਣ ਸੋਚੀ ਜਾਂਦੀ ਸਾਰਾ ਦਿਨ ਉਹ ਦੇਖਣ ਆ ਗਏ ਉਹ ਆ ਗਏ
चुप कर रोटी टुक पकाउण वाला है नी कोई घर आली जाके आई सी सारी केरा गल बात कर ली मुंडे नु तो कहना भी मैं घर बार देखा हो पता ही आया होगा घरे सारी गल बात करके फिर तू तो घर दे मुंडा साडे फिर चल बाले वधिया हो जाए अपना घर का मुंडा है कोठी पाई हुई है सतारा अठारह किले बाण भी आता मुंडे सतारा अठारह किले परिवार देखा होगा जिम्मे रेह बनती है मां के दस दू ठीक है चाह तो बना लिया थोड़ी जी ना घर बार देख जूगा हां कोई गल नहीं मनना कर देंगे गल फिर की आदे हां ते बाकी आए हैं भाई साडी कुड़ी ने काम कर के नहीं कोई लंबा नहीं आता ओ ता भाभी मेनू पता हैगा मैं खेत किन्ने बारी टकरेंगा भाई नु मैं देखया कुड़ी नु नरमा वगैरह भी चोक लाण वाली भी नहीं नरमा बथेरा सवा हां हां सारी जानकारी है इने मुंडे ने ता हुन देखी वे जदों ने कहता भी देखी वे कुड़ी ते फिर ओदे प्यो नु भी आए ना भई तुसी भी आए हो ओ भी घर अही जोंदे भी कुड़ी कोई काम कार वाली होवे वधिया क्यों प्यो पुत दोवें ही हैगे चल फिर तो अपना अनका पिड़ी जाऊगा हां उन्होंने आया चल काम कर वाली मिर्जे साडे घर हां हां रोटी पानी भी चाह नहीं चाह नहीं भाई बस चाय पानी तो बस मैं तो केना चलदांगा हुन जदों हुन मैं आ गया आके फिर ही दसूंगा तुम्हें सारी गल चल चंगा फिर कोई गल ठीक है चंगा चंगा भाई चंगा ले शुक्र है चल परमात्मा दा चल बढ़िया हुन तैनू भी तसल्ली होगी हां ते किधर की लाड़ ली हो ओ तो अंदर बैठी आ ते बाद च तो नहीं कुट्टी काटी दो बाद च तो मैं की कुटना सी दोबारे मरवाउनी है त दोबारे मरवाउनी है कुट के वो तो खूब साल मारदी सी उतर दी सी तो मैं फड़ ली और अच्छा नहीं स्प्रे पीनी है आप पाल दे तेरे फिर दे जे उतर जांदी आप पाल दे फिर तेरे ने केड़ा बोलना सी तेरा कुदरती उतर दी देख ली मैं मर जा आपा भी मर जांदे मां पुत मां चल देखी जो चल आ जाले आप चाह टुक बनाइए बना ला कुट मेरा तो जी नहीं करदा पासे एहि जी होई सी दी वागरू वागरू चंगे पहला माड़ा स्नेहा के चंगा भी ओदिया आए क्यों बैठे बुसी जी होई भाभी हुन कौन आ गया अपने तू आए कर इधर हो माड़ा जा मैं तन देवा खुशखबरी मेरा तो ना हुन खुशखबरियां तो भी चक तक के आ गया तू आए ना करया कर हरप्रीत आप तो उदास हुन्नी है दूजे नु भी कर दनी है नहीं भाभी ये केड़ा गल थोड़ी मोटी है एडा वड्डा तो जुलूस कढ़ता मेरा ओ पचोले जे ने चार दिन हो गए लारे लाई जांदे नु अज शगन पऊगा भाई अज पऊगा कोई ना ओनू तो भुल जा हुण मैं जीवन ते ना होर विचोला आया सी उहदी गल सुन के आई हां गी वो कहिंदे साडे सारा कुछ फिट है असी कहिंदे कल नू सगन पाउण आवांगे गप मारी जांदी आ भाभी जान के मैनूं दलासा दिंनी आ तू मेरी गल तां सुण ओ तां मुंडा इक वारी नंगा जांदा ओहदा मोटरसाइकल दा तेल मुक गया सी अपने ओह आके गया मैं देख्यागा मां ने भी देख्या मुंडा ओह मुंडे दा रिश्ता आया तैनूं ओह तां मुंडा बलां ही सोहणा ना 17 18 किले बाण है मैं कि जिन्नी जमीन आपां भालदे आ ਉਨੀ ਜ਼ਮੀਨ ਹੈਗੀ ਆਗੀ ਜਦੋਂ ਆਪਾਂ ਪੈਸੇ ਲਾਉਣੇ ਆ
ਫਿਰ ਆਪਾਂ ਚੱਜ ਦਾ ਰਸਤਾ ਹੀ ਦੇਖੀਏ। ਚਲ ਕੋਈ ਨਾ ਭਾਬੀ, ਜਿਵੇਂ ਸਾਨੂੰ ਲੋਟ ਲੱਗਦਾ, ਬਾਕੀ ਤਾਂ ਉਹ ਪਰਮਾਤਮਾ ਨੂੰ ਪਤਾ ਵੀ ਸਿਰੇ ਲੱਗੂਗਾ ਕਿ ਲੱਗਦਾ ਨੀ। ਕੋਈ ਗੱਲ ਨੀ, ਮਨ ਚ ਨਾ ਐਵੇਂ ਪੁੱਠੇ ਸਿੱਧੇ ਖਿਆਲ ਨੀ ਲਿਆਈਦੇ ਹੁੰਦੇ, ਚੰਗਾ ਹੀ ਸੋਚੀਦਾ ਹੁੰਦਾ। ਭਾਬੀ ਉਹ ਗੱਲ ਨੀ, ਮੇਰੀ ਗੱਲ ਸੁਣ। ਮੈਨੂੰ ਨਾ ਐਂ ਹੁੰਦਾ ਵੀ ਮੇਰੀ ਮਾਂ ਨੂੰ ਲੋਕ ਤਾਨੇ ਮਿਹਣੇ ਮਾਰਦੇ ਆ ਵੀ ਕੁੜੀ ਨੂੰ ਘਰੇ ਕੁਮਾਰੀ ਬਿਠਾਈ ਬੈਠੇ ਆ, ਵੀ ਪਤਾ ਨੀ ਕਾਹਦੇ ਮਾਰੇ, ਵੀ ਉਹ ਤੋਂ ਕੰਮ ਕਰਾਉਣ ਦੇ ਮਾਰੇ। ਲੋਕਾਂ ਨੂੰ ਐਂ ਨੀ ਪਤਾ ਨਾ ਵੀ ਇਹ ਮਾਂ ਨੂੰ, ਪਹਿਲਾਂ ਤਾਂ ਮਾਂ ਵੇਖ ਬਿਮਾਰ ਰਹਿੰਦੀ ਸੀ, ਹਾਂ, ਤੇ ਬਾਈ ਜੀ ਹੁਣ ਛੋਟਾ ਵਿਆਹ ਲਿਆ ਸੀ, ਮੈਨੂੰ ਛੱਡ ਗਏ। ਤੂੰ ਐਂ ਨਾ ਸੋਚਿਆ ਕਰ, ਮੇਰੀ ਗੱਲ ਸੁਣ। ਤੂੰ ਲੋਕਾਂ ਦੀਆਂ ਕਿਉਂ ਸੁਣਦੀ ਹੈਗੀ? ਤੈਨੂੰ ਕੋਈ ਘਰੋਂ ਕਹਿੰਦਾ ਗਾ? ਘਰੋਂ ਜੇ ਤਾਂ ਤੈਨੂੰ ਕੋਈ ਘਰੋਂ ਕਹਿੰਦਾ ਹੋਵੇ ਫਿਰ ਤਾਂ ਤੂੰ ਸੋਚੇ। ਲੋਕਾਂ ਦੀ ਪਰਵਾਹ ਨੀ ਕਰੀਦੀ ਹੁੰਦੀ, ਹਾਥੀ ਤਾਂ ਆਪਦੀ ਚਾਲ ਚੱਲਦੇ ਰਹਿੰਦੇ ਆ, ਕੁੱਤੇ ਭੌਂਕਦੇ ਰਹਿ ਜਾਂਦੇ ਹੁੰਦੇ ਆ, ਕਹਾਵਤ ਸੁਣੀ ਹੈ ਨਾ? ਉਹ ਤਾਂ ਗੱਲ ਠੀਕ ਹੈ ਬਾਬੀ। ਤੇ ਤੂੰ ਹੁਣ ਐਂ ਕਰ, ਮੈਂ ਤਾਂ ਉੱਠ ਕੇ ਨਹਾ ਲਾ ਤੇ ਮੈਂ ਸਿਰ ਵਾ ਲਾ, ਚੱਲ ਆ ਜਾ ਚੁੱਲ੍ਹੇ ਚੌਂਕੇ ਤੇ ਆਪਾਂ ਕੰਮ ਧੰਦਾ ਕਰੀਏ। ਕੰਮ ਤਾਂ ਮੈਂ ਤੇਰੇ ਨਾਲ ਕਰਾ ਦੂ, ਮੇਰੀ ਉੱਠ ਕੇ ਨਹਾ ਪਹਿਲਾਂ। ਚੱਲ ਚੰਗਾ, ਰੋਟੀ ਟੁੱਕ ਮੈਂ ਅੱਜ ਮੈਂ ਕਰੂੰਗੀ। ਹਾਂ ਕਰ ਲਈ, ਚੰਗਾ। ਹਾਂ ਆ ਜਾ, ਧਾਰਾਂ ਧੂਰਾ ਕੱਢ ਲਿਆ। ਹਾਂ ਮੈਂ ਕਰ ਲੂੰਗੀ, ਉੱਧਰ ਪਸ਼ੂਆਂ ਦਾ ਤੇ ਚੁੱਲ੍ਹੇ ਦਾ ਕਰਵਾ ਦੀ ਮੇਰੇ ਨਾਲ। ਭਾਬੀ ਪਰ ਮੈਂ ਉਹ ਸੂਟ ਨਹੀਂ ਪਾਉਂਦੀ ਹੁਣ। ਨਾ ਪਾਈ ਉਹ ਸੂਟ, ਮੈਂ ਹੁਣ ਅੰਗ ਤੇ ਨਹੀਂ ਲਾਉਂਦੀ। ਜਿਹੜੇ ਹੋਰ ਪਏ ਆ ਨਾ ਉਹਨਾਂ ਚੋਂ ਪਾ ਲਈ, ਜਿਹੜਾ ਮੈਂ ਤੇਰਾ ਸੂਟ ਖੁੱਲਾ ਕਰਿਆ ਨਾ, ਇੱਕ ਹੋਰ ਸੂਟ, ਹਾਂ ਉਹ ਪਾਉਂਗੀ, ਉਹ ਪਾ ਲਈ। ਚੰਗਾ, ਤੂੰ ਕਰਮ ਵਾਲੀ ਆ, ਤੇਰਾ ਸੂਟ ਪਾ। ਚੰਗਾ ਚੰਗਾ, ਐਵੇਂ ਨਾ ਮਨ ਜਾ ਅਰਦਾਸ ਕਰਿਆ। ਚੰਗਾ ਭਾਬੀ। ਉਹ ਕੀ ਕਰੀ ਜਾਣਾ ਛੋਰਾ, ਆ ਨੀਰਾ ਆਪਾਂ ਘੇੜਾ ਹੀ ਮੱਕ ਆ ਇਹਨਾਂ ਨੂੰ, ਪਸ਼ੂਆਂ ਨੂੰ ਉਹ ਚਾ ਹੱਥ ਮਾਰੀ ਜਾਂਦਾ ਧੁੱਪੇ, ਮੈਂ ਸੁੱਕਣਾ ਪਾ ਗਿਆ ਇੱਥੇ, ਛਾਂ ਹੈਗੀ ਸੀ, ਹਵਾ ਜੀ ਨਿਕਲ ਜਾਂਦੀ ਇਹਦੀ, ਇੰਨੇ ਨਾਲ ਚੰਗਾ ਰਹਿੰਦਾ ਚਾਹ ਦਾ। ਤੇ ਬਾਕੀ ਕੁੜੀ ਪ੍ਰਾਹੁਣਾ ਆ ਗਏ ਸੀਗੇ? ਆ ਗਏ ਕੁੜੀ ਪ੍ਰਾਹੁਣਾ, ਤਾਂ ਕਰ ਲਈ ਉਹਨਾਂ ਗੱਲ? ਕਰ ਲਈ ਗੱਲ, ਉਹ ਦੱਸ ਗਿਆ ਸੀ ਪ੍ਰਾਹੁਣਾ ਮੈਨੂੰ ਸਾਰਾ ਕੁਛ। ਅੱਛਾ, ਤੇ ਫਿਰ ਆਪਣਾ ਉਹ ਕੁੜੀ ਫੋਟੋ ਫਾਟੋ ਮੰਗਾਉਣੀ ਆ, ਕੋਈ ਸਾਰਾ ਕੁਝ ਦੇਖਣਾ? ਕਾਸੇ ਦੀ ਲੋੜ ਨਹੀਂ, ਉਹ ਤਾਂ ਜਿੱਥੋਂ ਮੈਂ ਨਾ ਕੁੜੀ ਤਾਂ ਪਹਿਲਾਂ ਹੀ ਦੇਖੀ ਹੋਈ ਸੀ, ਮੈਂ ਪ੍ਰਾਹੁਣੇ ਨੂੰ ਸਾਰਾ ਕੁਝ ਦੱਸਤਾ, ਤੈਨੂੰ ਵੀ ਦੱਸ ਦਿੰਦਾ। ਉਹਨਾਂ ਨੇ ਕਿ ਰੈਂਕ ਮੈਂ ਆਪਣਾ ਮੋਟਰਸਾਈਕਲ 'ਚ ਤੇਲ ਮੁੱਕ ਗਿਆ ਸੀ, ਜਦੋਂ ਤੇ ਆਪਣੇ ਮੋਟਰਸਾਈਕਲ ਤੇਲ ਨਹੀਂ ਮੁੱਕ ਗਏ, ਉਹ ਘਰੋਂ ਮੈਂ ਤੇਲ ਲੈ ਕੇ ਆਇਆ ਸੀ, ਉਹਦੇ ਪੁਰਾਣੇ ਕੁੜੀ ਜੀ ਨੇ ਮੈਨੂੰ ਤੇਲ ਦਿੱਤਾ ਸੀ। ਅੱਛਾ, ਉਹ ਕੁੜੀ ਉਦੋਂ ਕੋਲੇ ਖੜੀ ਸੀ, ਉੱਥੇ ਮੇਰੀ ਨਿਗਾਹਾਨੀ ਨਿਕਲ ਗਈ ਸੀ। ਚੱਲ ਹੁਣ ਦੇਖ ਲੈ ਕਿਤੇ ਕੱਲ ਨੂੰ ਨੱਚੂ ਮੈਂ, ਹੋਵੇ ਗੱਲ ਦੀ ਤੇਰੇ ਪਸੰਦ ਦਾ ਹੈ ਨਾ ਬਿੱਟਾ, ਗੱਲ ਪਸੰਦ ਹੀ ਆ ਕੁੜੀ, ਬਸ ਮੈਂ ਦੇਖੀ ਹੋਈ ਆ ਕੁੜੀ, ਹੋਰ ਕਿਹੜੀ ਗੱਲ ਹੁੰਦੀ ਹੈ? ਹਾਂ ਕੁੜੀ ਗੱਲ ਐਂ ਨਾ ਮਗਰੋਂ ਕਹਿੰਦੇ, ਮੈਂ ਉੱਦਾਂ ਉਈ ਦੇਖੀ ਉਈ ਦੇਖੀ ਸੀ, ਮੈਂ ਫਿਰ ਮੈਂ ਫੇਰ ਨਹੀਂ ਕਰ ਹੋਣ ਦੇਣੀ, ਹੁਣ ਆਪਦਾ ਮਨ ਨੂੰ ਠਕੋਰ ਲੈ, ਗੱਲ ਸੋਚ ਲੈ ਦਿਮਾਗ ਨਾਲ। ਨਹੀਂ ਬਾ, ਕੁੜੀ ਤਾਂ ਮੇਰੀ ਦੇਖੀ ਹੋਈ ਆ, ਕਿਸੇ ਗੱਲ ਦੀ ਲੋੜ ਨਹੀਂ, ਐਵੇਂ ਕੋਈ ਵਾਲੀਆਂ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ, ਬਸ ਉਹਨਾਂ ਨਾਲ ਗੱਲਬਾਤ ਕਰ ਲੈ ਤੇ ਬਸ। ਚੱਲ ਬਸ ਵੀ ਗੱਲਬਾਤ ਕਰਨੀ ਆ, ਫਿਰ ਉਹਨਾਂ ਨੂੰ ਟਾਈਮ ਦੇ ਦੇਣਾ, ਉਹਨੂੰ ਸੱਦ ਲੈ। ਹਾਂ ਬਸ ਸੱਦ ਲਾ ਬਾ, ਕੁੜੀ ਪ੍ਰਾਹੁਣੇ ਨੂੰ ਸੱਦ ਲਾ ਬਸ, ਉੱਥੇ ਮਾੜਾ ਮੋਟਾ ਸੱਦ ਲੈਣੇ ਤੇ ਆਪਾਂ ਉਹਨਾਂ ਦਾ ਦਿਨ ਮੰਨਿਆ ਨੇ। ਹਾਂ ਬਸ ਫਿਰ ਉਹਦੇ ਚੁੰਨੀ ਚੜਾ ਕੇ ਰੋਕ ਕਰਾਉਣੇ, ਰੋਕ ਕਰਾਵਾਂ ਜੇ ਚੁੰਨੀ ਚੜਾ ਕਰ ਲਾਂਗੇ, ਘਰੇ ਆ ਕੇ ਪਾਰਟੀ ਆਪਾਂ ਕਰ ਲਾਂਗੇ, ਜੇ ਅਗਲੇ ਜਿਵੇਂ ਕੋਈ ਬਸ ਉਵੇਂ ਕਰ ਲਾਂਗੇ, ਪਤਾ ਲੱਗ ਜੂ ਗੱਲ ਦਾ। ਹਾਂ ਉਹਨਾਂ ਨੂੰ ਪੁੱਛ ਲਈ ਬਸ, ਲੈਣ ਦੇਣ ਦੀ ਗੱਲ ਕਰ ਲਿਓ, ਹੋਰ ਕੀ ਹੁੰਦਾ। ਲੈਣ ਦੇਣ ਨੂੰ ਦੇ ਮੈਂ ਤਾਂ ਕੁਛ ਨਹੀਂ ਮੰਗਦਾ ਭਰਾਵਾ, ਸਿੱਧੀ ਗੱਲ ਹੈ ਮੇਰੇ ਕੋਲ ਤਾਂ, ਜੇ ਤੈਨੂੰ ਕੋਈ ਚੱਸ ਕਸ ਦੀ ਮੰਗ ਮੰਗਾਈ ਦੀ ਆਪਦੀ, ਤੂੰ ਗੱਲ ਕਰ ਲਈ ਕੁੜੀ ਪ੍ਰਾਹੁਣੇ ਨੂੰ, ਦੱਸ ਲਈ, ਮੈਂ ਤਾਂ ਕੁਛ ਮੰਗ ਮੰਗਾਈ ਨਹੀਂ ਕਰਦਾ। ਬਸ ਤੂੰ ਕੁੜੀ ਪ੍ਰਾਹੁਣੇ ਨੂੰ ਪਤਾ ਹੀ ਆ, ਹੁਣ ਕੁੜੀ ਪ੍ਰਾਹੁਣੇ ਕਿਹੜਾ ਨਿਆਣਾ, ਹੁਣ ਆਪਾਂ ਕੱਲ੍ਹ ਵੀ ਕੁੜੀ ਵਿਆਹੀ ਆ, ਉਸ ਹਿਸਾਬ ਨਾਲ ਚੱਲਦਾ, ਉਸ ਹਿਸਾਬ ਨਾਲ ਮੰਗ ਲਿਓ ਬਸ, ਬਹੁਤ ਆਪਦੇ ਮੂੰਹ ਟੱਟ ਕੇ ਤਾਂ ਨਹੀਂ ਮੰਗਣਾ, ਜੇ ਜੇ ਕੋਈ ਚੱਲੀ ਜਾਂਦਾ ਉਸ ਹਿਸਾਬ ਨਾਲ ਦੇ ਦੇਣਗੇ। ਤੂੰ ਵਾਲਾ ਕੁਛ ਨਹੀਂ ਲਿਖੋ ਕੇ ਰੱਖਦਾ ਹੁੰਦਾ, ਜਦੋਂ ਇਹਨਾਂ ਨੇ ਧੀ ਦੇਤੀ ਸਾਰਾ ਕੁਛ ਹੀ ਦੇ ਦਿੰਦਾ, ਐਂ ਕਿਹਦਾ ਜੀ ਕਰਦਾ ਹੁੰਦਾ ਵੀ ਮੈਂ ਛੋਟਾ ਕਹਾਂ, ਵੱਡੇ ਹੀ ਕਹਾਉਂਦਾ ਹੁੰਦਾ, ਅਗਲਾ ਕਰੂਗਾ ਸਾਰਾ ਕੁਛ, ਅਗਲਾ ਮਾਨਤਾ ਆਪੇ ਸਾਰਾ ਕੁਛ, ਆਪਾਂ ਨੂੰ ਬਾਹਲੀਆਂ ਗੱਲਾਂ ਕਰਨ ਦੀ ਲੋੜ ਨਹੀਂ, ਪਰ ਗਲਕਾ ਮੇਰੇ ਤੋਂ ਇਹ ਦੱਸ ਦੇ ਤੇਰੇ ਗੱਲ ਵੀ ਸਪੈਕਟ ਹੈਗੀ ਆ ਬਸ, ਫਿੱਟੀ ਆ ਗੱਲ ਤਾਂ ਬਸ, ਮੈਂ ਕੁੜੀ ਦੇਖੀ ਹੋਈ ਆ, ਫਿੱਟ ਆ ਕੁੜੀ ਦਾ ਕੋਈ ਫਰਕ ਨਹੀਂ, ਬਸ ਵੀ ਠੀਕ ਆ, ਤੇ ਮੈਂ ਕੁੜੀ ਪ੍ਰਾਹੁਣੇ ਨੂੰ ਬੁਲਾਉਣਾ, ਬੁਲਾ ਕੇ ਉਹਨਾਂ ਨਾਲ ਦਿਨ ਬੰਨਣਾ ਨਾ, ਰੋਕ ਕਰਨਾ, ਫਿਰ ਉਹਨਾਂ ਨਾਲ ਟਾਈਮ ਬੰਨਣਾ ਵੀ ਬਾਈ ਚੁੰਨੀ ਚੜਾਵਾ ਕਰਨਾ ਜਾਂ ਵਿਆਹ ਕਰਨਾ ਕੀ ਕਰਨਾ, ਜਿਵੇਂ ਵਾਲੀ ਮਰਜ਼ੀ ਹੋਈ, ਅਸੀਂ ਤਾਂ ਖੁਸ਼ ਆ ਚੁੰਨੀ ਚੜਾਵੇ ਤੇ ਖੁਸ਼ ਆ, ਜੇ ਵੱਧ ਤੋਂ ਚੁੰਨੀ ਚੜਾ ਕੇ ਖੁਸ਼ੀ ਆ, ਫਿਰ ਆਪਾਂ ਘਰੇ ਪਾਰਟੀ ਕਰ ਲਾਂਗੇ, ਐਵੇਂ ਗੱਲ। ਚਲੋ ਦਾ ਪਿਕਰ ਜੀ ਲੱਗ ਜਾ, ਬਣਾਈ ਵਾਲੇ ਨੂੰ ਵੱਧ ਉੱਥੇ ਲਾਉਣਗੇ, ਆਪਾਂ ਨੂੰ ਦੇ ਦੇਣਗੇ ਉਹੀ, ਇੱਥੇ ਆਪਾਂ ਆਪਦੇ ਹਿਸਾਬ ਨਾਲ ਕਰ ਲਾਂਗੇ। ਚਲ ਠੀਕ ਹੈ ਫਿਰ, ਹਾਂ ਐਂ ਕਰ ਲਈ ਬਸ, ਫਿਰ ਕਰ ਲਈ ਗੱਲ, ਕੋਈ ਚੱਕਰ ਨਹੀਂ, ਚਲ ਮੈਂ ਪਾਦਾ ਪਸ਼ੂ ਬੰਨਦਾ, ਚੰਗਾ ਬੰਨਦੇ ਪਸ਼ੂ। ਚਲ ਆਪਾਂ ਕੀ ਲੈਣਾ ਫਿਰ, ਜਿਹੜੀ ਗੱਲ ਸਿੱਟੇ ਗੱਲ ਕਿਹਾ ਮੈਂ ਦੇਖੀ ਹੈ, ਦੇਖੀ ਹੈ ਫਿਰ ਆਪਾਂ ਫੋਟੋਆਂ ਚੱਕੀ ਫਿਰ ਗਏ, ਮੈਂ ਉਹ ਕਰਦੇ ਫਿਰ ਗਈ, ਬਸ ਠੀਕ ਹੈ ਗੱਲ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਭਾਈ, ਆ ਗਿਆ ਬਾਪੂ? ਹਾਂ ਠੀਕ ਠਾਕ ਜੀ। ਤੇ ਵੀਰਪਾਲ ਨਹੀਂ ਆਈ? ਉਹ ਵੀਰਪਾਲ ਦਾ ਬਾਪੂ ਜੀ ਨਰਮਾ ਜਿਹਾ ਚੁੱਕਣ ਲੱਗੇ ਪਏ ਸੀਗੇ, ਤੇ ਫਿਰ ਚਾਹ ਪਾਣੀ ਦਾ ਔਖਾ ਹੋ ਜਾਂਦਾ ਹੈਗਾ, ਉਹ ਵੀ ਲੋਟ ਉਹ ਤਾਏ ਦਾ ਮੁੰਡਾ ਕਹਿੰਦਾ ਚੱਲ ਮੈਂ ਫੜਾ ਜਾਊਂਗਾ ਚਾਹ ਪਾਣੀ, ਤੋਂ ਐ ਫਿਰ ਘਰੇ ਫਿਰ ਕਰਨ ਵਾਲਾ ਵੀ ਤਾਂ ਕੋਈ ਹੋਣਾ ਚਾਹੀਦਾ ਨਾ। ਚਲੋ ਤਾਂ ਠੀਕ ਹੈ ਗੱਲ, ਉਹ ਭਾਈ
ਠੀਕ ਹੈ ਵੀ ਤੁਸੀਂ ਆ ਜਾਂਦੇ ਮੈਂ ਤੈਨੂੰ ਤੁਹਾਨੂੰ ਫੋਨ ਕਰਿਆ ਸੀ ਵੀ ਆਪਾਂ ਉਹਨਾਂ ਨਾਲ ਲੈਣਾ ਦਿਨ ਬੰਨ ਲੈਂਦੇ ਕੋਈ ਟਾਈਮ ਬੰਨ ਲੈ ਕਿਵੇਂ ਕਰਨੇ ਤੁਹਾਨੂੰ ਫਿਰ ਤਾਂ ਉਦੋਂ ਵੀ ਦੇਖ ਹੈਪੀ ਨਾਲ ਗੱਲ ਕਰਕੇ ਗਏ ਸੀਗੇ ਹੈਪੀ ਨੇ ਤਾਂ ਕਹਿਤਾ ਸੀ ਕਹਿੰਦਾ ਵੀ ਐਂ ਕਰਕੇ ਮੈਂ ਤਾਂ ਉਹਨਾਂ ਦੇ ਘਰ ਬਾਹਰ ਗਿਆ ਹੋਇਆ ਹੈਗਾ ਨਾ ਨਹੀਂ ਉਹ ਮੈਨੂੰ ਅਜੇ ਸਾਰਾ ਕੁਝ ਦੱਸਦਾ ਹਾਂ ਹਾਂ ਉਹਨੇ ਦੇਖੀ ਹੋਈ ਹੈ ਕੁੜੀ ਜਦੋਂ ਉਹਨੂੰ ਪਸੰਦ ਆਗੀ ਫਿਰ ਤਾਂ ਹੁਣ ਤੁਸੀਂ ਦੱਸੋ ਵੀ ਕਿਵੇਂ ਕਰਨਾ ਬਸ ਜੋ ਉਹਨੂੰ ਪਸੰਦ ਆਵੇ ਆਪਾਂ ਨੂੰ ਮਿਲਿਆ ਕੀ ਲੋੜ ਹੈਗਾ ਉਹ ਬਾਕੀ ਜਿਹੜੇ ਬੰਦੇ ਵਧੀਆ ਹੈਗੇ ਮੇਰੇ ਨਾਲ ਤਾਂ ਦੇਖੋ ਮੁੰਡਾ ਪਹਿਲਾਂ ਤਾਂ ਪੜਦਾ ਰਿਹਾ ਪਹਿਲਾਂ ਤਾਂ ਤੇ ਹੁਣ ਆਪਣੇ ਕੋ ਆਪਾਂ ਨੇ ਉਹਦੇ ਜ਼ਮੀਨ ਦੇ ਨਾਲ ਲੱਗਵੀਂ ਜ਼ਮੀਨ ਠੇਕੇ ਤੇ ਲੈ ਲਈ ਆਪਾਂ ਉਹਦੇ ਬਾਕੀ ਸੁਭਾਅ ਦੇ ਵਧੀਆ ਗੇ ਪੈਸਾ ਟਾਕਾ ਵੀ ਵਧੀਆ ਲਾਉਣਗੇ ਵਿਆਹ ਤੇ ਉਹ ਤਾਂ ਕਹਿੰਦੇ ਕਿ ਉਸ ਤਾਂ ਕਿੱਲੇ ਵਾਂਗੇ ਲੱਖ ਰੁਪਇਆ ਲਾ ਦੇਵਾਂਗੇ 17-18 ਲੱਖ ਰੁਪਇਆ ਤੁਹਾਡੇ ਕੋਲ ਆਜੂ ਹੋਰ ਤੁਹਾਨੂੰ ਕੀ ਚਾਹੀਦਾ ਉਹ ਤਾਂ ਮੈਂ ਇਹਨੂੰ ਹੈਪੀ ਨੂੰ ਕਹਿਤਾ ਸੀ ਵੀ ਭਾਈ ਆਪਦਾ ਘੱਟ ਕੋਈ ਨੀ ਕਹਾਉਂਦਾ ਹੁੰਦਾ ਆਪਾਂ ਤਾਂ ਮੰਗ ਮੰਗੇ ਮੈਂ ਤਾਂ ਕੋਈ ਕਰਦਾ ਨੀ ਤੂੰ ਜਿਹੜੀ ਗੱਲ ਕਹਦਾ ਵੀ ਕੋਈ ਗੱਲ ਨੀ ਚਾਹੀਦੀ ਕਿ ਤੂੰ ਗੱਲ ਤੋਂ ਕੀ ਲੈਣਾ ਉਹ ਤਾਂ ਖਰ ਸਿਆਣੀ ਗੱਲ ਆ ਕਿ ਮੰਗ ਮੰਗੇ ਕਾਹਦੇ ਵਾਸਤੇ ਜੀ ਨਹੀਂ ਆਪਾਂ ਨੂੰ ਕੋਈ ਹੋਰ ਕੀ ਆਉਂਦੀ ਸਾਰਾ ਕੁਝ ਹੀ ਦੇਤਾ ਉਹਨੇ ਨਾ ਨਾ ਅਗਲਾ ਕੋਈ ਨੀ ਘੱਟ ਕਹਾਉਂਦਾ ਹਰ ਕੀ ਕਹਾਉਂਦਾ ਵੀ ਮੇਰਾ ਧੀ ਪੁੱਤ ਚੰਗਾ ਲੋਕ ਆਖਣ ਵੀ ਇੰਨਾ ਕੁਝ ਤੈਅ ਕਰਿਆ ਇਹ ਤਾਂ ਉਹ ਬੰਦੇ ਹੁੰਦੇ ਜਿਹੜੇ ਐਵੇਂ ਸੂਪੂਲੇ ਕਰਦੇ ਹੁਣ ਤੇ ਡਿਪਲਾਈ ਕਰਦੇ ਹੁਣ ਵਿੱਚ ਕੁਝ ਹੁੰਦਾ ਨਹੀਂ ਗੱਲ ਹਾਂਜੀ ਹਾਂਜੀ ਬਾਕੀ ਵਧੀਆ ਕੁੜੀ ਕੰਮਕਾਰ ਵਾਲੀ ਹੈਗੀ ਹੈਗੀ ਸਾਰਾ ਘਰ ਦਾ ਕੰਮ ਕਰਾਉਂਦੀ ਖੇਤ ਬਣੇ ਦੇਖ ਲੈਣੀ ਅੱਜ ਕੱਲ ਖੇਤ ਨਾਲ ਨਰਮਾ ਚੁਗਣ ਕੌਣ ਜਾਂਦੀ ਹੈ ਕੁੜੀ ਉਹ ਬਸ ਗਲਾਪ ਜਾਂਦੀ ਹੈ ਨਾਲ ਆਪਣੀ ਰੋਟੀ ਦਾ ਸਾਧਨ ਨਹੀਂ ਬਣਦਾ ਜੇ ਸੀਨ ਦੇ ਪਰ ਰੋਟੀ ਬਣਾਉਂਦੀ ਕਦੇ ਆਪਾਂ ਨੂੰ ਕੀ ਲੋੜ ਹੈ ਬਾਹਲੀਆਂ ਗੱਲਾਂ ਕਰਨ ਦੀ ਹੁਣ ਤੁਸੀਂ ਇਹ ਗੱਲ ਕਰ ਲਓ ਨਾ ਵੀ ਬੋਲੋ ਭਾਈ ਚੁੰਨੀ ਚੜਾਵਾ ਕਰਨਾ ਕਿ ਵਿਆਹ ਕਰਨਾ ਸੀ ਚੁੰਨੀ ਚੜਾਵੇ ਤੂੰ ਵੀ ਖੁਸ਼ ਹੈ ਬਸ ਜਿਵੇਂ ਤੁਸੀਂ ਕਹੋਗੇ ਆਪਾਂ ਤਾਂ ਉਵੇਂ ਕਰ ਲਾਂਗੇ ਉਹਨਾਂ ਨੇ ਤਾਂ ਇਹੀ ਗੱਲ ਕਹੀ ਹੈ ਕਹਿੰਦੇ ਤੂੰ ਜਾ ਕੇ ਕਿਹੜਾ ਗੱਲ ਕਰ ਲਓ ਜਿਵੇਂ ਉਹ ਆਖਣਗੇ ਆਪਾਂ ਤਾਂ ਉਵੇਂ ਕਰ ਲਾਂਗੇ ਬਸ ਤੁਸੀਂ ਕਿਹੜਾ ਉਹਨਾਂ ਦਾ ਗੱਲ ਬੰਨੋ ਦੇਣ ਦੀ ਫਿਰ ਆਪਾਂ ਘਰੇ ਪਾਰਟੀ ਕਰ ਲਾਂਗੇ ਬਸ ਠੀਕ ਆਪਾਂ ਲੋੜ ਹੀ ਨਹੀਂ ਬਸ ਵਾਲੀਆਂ ਗੱਲਾਂ ਕਰਦੀ ਠੀਕ ਹੈ ਬਸ ਫਿਰ ਮੈਂ ਕਰਦਾਂਗਾ ਉਹਨਾਂ ਨਾਲ ਗੱਲ ਤੇ ਜਿਵੇਂ ਆਪਣੀ ਗੱਲ ਬਣੀ ਤੇ ਆਪਾਂ ਉਵੇਂ ਤੁਹਾਨੂੰ ਦੱਸ ਦਾਂਗੇ ਬਸ ਹਾਂ ਉਵੇਂ ਬਸ ਦੱਸਣਾ ਕੀ ਫਿਰ ਬਸ ਕਰ ਹੀ ਲਵਾਂਗੇ ਦਾਵੀ ਨੇ ਨਾ ਰਸਤੇ ਨੂੰ ਉੱਤੇ ਜਮੜਾ ਹੁੰਦੇ ਨੂੰ ਉਹ ਨਾ ਤਾਂ ਉੱਤੇ ਜੀ ਬਾਕੀ 99 ਰੁਪਏ ਦਾ ਨਿਬੜ ਜੂਗਾ ਨਾ ਫਿਰ ਨਰਮੇ ਦਾ ਨਿਬੜ ਜੂਗਾ ਨਰਮੇ ਦਾ ਯਾਰ ਜਦੋਂ ਆਪਾਂ ਇਹੀ ਗੱਲ ਆ ਇੱਕ ਦਿਨ ਦੇ ਨਰਮੇ ਦਾ ਕੀ ਆ ਉਹ ਕਿਹੜਾ ਅਗਲੇ ਵਿਆਹ ਨੂੰ ਵੀ 5-7 ਦਿਨਾਂ ਲਾ ਬੈਠੀ ਰਹਿੰਦਾ ਹੈ ਹੁਣ ਤਾਂ ਇੱਕ ਦਿਨ ਚ ਵਿਆਹ ਨੇ ਬੜਿਆ ਇੱਕ ਦਿਨ ਦਾ ਘੰਟੇ ਦਾ ਜੂ ਐਚੂ ਨਹੀਂ ਜਦਾ ਬਗਾ ਘੰਟੇ ਦਾ ਕੰਮ ਹੈ ਆ ਲੈ ਆ ਗਿਆ ਠੀਕ ਹੈ ਠੀਕ ਹੈ ਕੈਂ ਬਰਗੜਾ ਠੀਕ ਹੈ ਬਈ ਉਹ ਚਾਹ ਪਾਣੀ ਪੀ ਲਿਆ ਸੀ ਨਾ ਨਾ ਬਸ ਮੈਂ ਤਾਂ ਆਈ ਸੀਗਾ ਹਨੇ ਹੁਣੀ ਚਾਹ ਪਾਣੀ ਬਣਾ ਘੁੱਟ ਪੀ ਲੂਗਾ ਮੈਂ ਬਣਾ ਲਾਂਗਾ ਕੋਈ ਗੱਲ ਨਹੀਂ ਚਾਹ ਪਾਣੀ ਤਾਂ ਕੋਈ ਨਾ ਪੀ ਲਾਂਗੇ ਮੈਂ ਤਾਂ ਇਹੀ ਗੱਲ ਕਰਨ ਆਇਆ ਸੀਗਾ ਵੀ ਦੇਖ ਕੁੜੀ ਦਾ ਤੈਨੂੰ ਮੋੜ ਦੱਸ ਕੇ ਗਿਆ ਸੀਗਾ ਕੋਈ ਨਾ ਬੇਸੰਸ ਰਹਿ ਯਾਰ ਬਾਈ ਯਾਰ ਜੋ ਤੂੰ ਗੱਲ ਕਰ ਲਈ ਆਪਾਂ ਤਾਂ ਭਾਜ ਦੇ ਨੇ ਬਸ ਕੋਈ ਚੱਕਰ ਬਸ ਮੈਨੂੰ ਆ ਬਾਪੂ ਨੇ ਫੋਨ ਕਰਿਆ ਸੀਗਾ ਕਿ ਤੂੰ ਮੇਰੇ ਨਾਲ ਕਰਕੇ ਜਾ ਗੱਲਬਾਤ ਹੁਣ ਇਹਨੂੰ ਮੈਂ ਦੱਸਤਾ ਹਰਾ ਕੁਝ ਆਪਾਂ ਬਸ ਜਾ ਕੇ ਕੁੜੀ ਵਾਲਿਆਂ ਨਾਲ ਗੱਲ ਕਰ ਲੈਨੇ ਆ ਬਸ ਤੂੰ ਕਰ ਲਾ ਗੱਲ ਬਸ ਜਿੰਨੇ ਕੋ ਕਹਿੰਦੇ ਰੁਪਏ ਕੋ ਉਨੇ ਰੁਪਏ ਲਵਾਲਾ ਬਾਕੀ ਤੈਨੂੰ ਪਤਾ ਆਪਾਂ ਘੱਟਾ ਵਾਲਾ ਕਰਦੇ ਨੇ ਤੈਨੂੰ ਪਤਾ ਠੀਕ ਹੈ ਜੁੰਨੀ ਜਿਹੜਾ ਕਰਾਂਗੇ ਜਾਂ ਕੋਈ ਰੋਟੀ ਪਾਣੀ ਦੋਥੇ ਕਰਨਗੇ ਉਹ ਜੇ 2 ਰੁਪਏ ਅਗਲਾ ਦੇ ਦੂ ਆਪਾਂ ਨੂੰ ਕੋਈ ਵਰਤ ਉਹਦਾ ਕੋਈ ਬਸ ਠੀਕ ਹੈ ਉਹਦਾ ਕੋਈ ਗੱਲ ਨਹੀਂ ਉਹ ਤਾਂ ਜਿਵੇਂ ਆਪਾਂ ਅਗਲੇ ਨਾਲ ਗੱਲ ਕਰਮੀ ਕਰੀਏ ਦੇਖੋ ਤਾਂ ਹੁਣ ਉਹਨਾਂ ਦਾ ਕਰ ਲਈਏ ਨਹੀਂ ਕਰਨੇ ਫਿਰ ਆਪਾਂ ਘਰੇ ਪਾਰਟੀ ਕਰ ਲਾਂਗੇ ਯਾਰ ਬਾਅਦ ਚ ਹਾਂ ਬਸ ਠੀਕ ਹੈ ਫਿਰ ਬਸ ਆਦਾ ਦਿਨ ਕਢਾ ਲੈਣਗੇ ਉਹ ਆ ਨਾਲ ਤਾਂ ਉਹਨਾਂ ਜਿਹੜੇ ਨਰਾਤੇ ਜੇ ਆਉਣੇ ਇਹ ਤੱਕ ਟੱਪ ਜਾਣਗੇ ਤੇ ਇਦੋਂ ਬਾਅਦ ਚ ਬਸ ਜਿਹੜਾ ਦਿਨ ਆਪਣਾ ਰਿਹਾ ਤੇ ਆਪਾਂ ਉਹਦਾ ਪ੍ਰੋਗਰਾਮ ਬਸ ਤੂੰ ਉਹਨਾਂ ਨੂੰ ਪਹਿਲਾਂ ਗੱਲ ਕਰ ਲਾ ਨਰਾਤਾਂ ਤੋਂ ਪਹਿਲਾਂ ਲਿਆਵਾਂਗੇ ਜੇ ਅਸੀਂ ਕੋਈ ਗੱਲ ਹੋਈ ਉਹਨਾਂ ਦਾ ਹਾਂ ਨਰਾਤੇ ਜਿਹੜੇ ਆਉਣਗੇ ਠੀਕ ਹੈ ਚੱਲ ਬਣਾ ਨਾ ਕੋਟਾ ਮੈਂ ਤਾਂ ਚਾਹ ਤਾਂ ਆਇਆ ਸੀਗਾ ਬਸ ਮੈਂ ਹੁਣ ਜਾਂਦਾ ਸੀਗਾ ਕਿ ਨਰਮਾ ਖੇਤ ਚੁੱਕੀ ਜਾਂਦੇ ਆ ਬੰਦੇ ਮੈਂ ਤਾਂ ਬਸ ਆ ਗੱਲ ਕਰਨ ਹੀ ਆਇਆ ਸੀਗਾ ਆਹੀ ਗੱਲ ਮੇਰੇ ਦਾ ਸੁਖ ਹੁੰਦਾ ਇਹੀ ਤਾਂ ਗੱਲ ਬੰਦਾ ਖੇਤ ਗਿਆ ਆ ਜਾਂਦਾ ਜਿਹੜਾ ਕਮਾਂਡ ਮੱਥਾ ਕੋਲੇ ਦਾ ਇਹ ਬਾਹਰ ਸੁ ਹੋਏਗਾ ਬਸ ਮੈਂ ਹੁਣ ਕਿਹਾ ਮੈਂ ਕਹਿੰਦਾ ਵੀ ਇਹਦਾ ਨੇੜੇ ਹੀ ਕੰਮ ਹੋ ਜਾਏਗਾ ਤੇ ਲੋਟ ਹੈਗਾ ਮਾਰ ਹੀ ਆ ਵੀਰ ਪਿੰਡ ਦਾ ਕੋਈ ਬੜਾ ਦੂਰ ਨੇ ਸਾਡੇ ਚੱਲ ਕੋਈ ਨਾ ਠੀਕ ਹੈ ਚੱਲ ਚੰਗਾ ਬਾਈ ਚੰਗਾ ਬਾਪੂ ਜੀ ਫਿਰ ਚੰਗਾ ਵੀਰੇ ਚੱਲ ਠੀਕ ਹੈ ਫਿਰ ਚੰਗਾ ਬਾਈ ਚੱਲ ਠੀਕ ਆ ਬਾਪੂ ਚਾਹ ਬਣਾਉਣਾ ਫਿਰ ਮੈਂ ਘੋਟਾ ਪਾ ਲਾ ਪੀ ਲਾਂਗਾ ਠੀਕ ਆ ਵਧੀਆ ਰੋਟਾ ਉਸ ਗੱਲ ਬਾਲਾ ਪੱਕੀ ਕਰ ਲੈਣਗੇ ਗੱਲ ਪਾ ਕੇ ਆਪੇ ਕਰ ਲੈਣਗੇ ਗੱਲ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਆਪਾਂ ਕਿਉਂ ਜਾਣਾ ਕਿਉਂ ਆਉਣਾ ਇਹਦੇ ਦੇ ਜਦੋਂ ਇਹਦੀ ਗੱਲਬਾਤ ਉਹ ਮੁੰਡੇ ਨਾਲ ਹੋਈ ਹੈ ਆਪੇ ਗੱਲਾਂ ਛੇੜ ਨੂੰ ਕਰ ਲੂ ਬਸ ਨਿਬੜ ਗਿਆ ਕੰਮ ਲੈ ਮੈਂ ਸਾਰਾ ਕੰਮ ਧੰਦਾ ਨਿਬੜ ਲਿਆ ਅਜੇ ਤੱਕ ਨਹੀਂ ਆਏ ਮੈਨੂੰ ਤਾਂ ਕਹਿੰਦੇ ਸੀ ਮੈਂ ਜਾਣ ਆਉਣ ਕਰਕੇ ਆਉਣਾ ਲੈ ਉੱਥੇ ਸਾਰਿਆਂ ਦੇ ਜਾ ਕੇ ਜੀ ਲਾ ਲਿਆ ਆਏ ਨਹੀਂ ਹੈਗਾ ਵੀ ਚੱਲ ਆ ਜਾ ਜਿਹੜੀ ਮਾੜੀ ਮੋਟੀ ਗੱਲ ਬਾਕੀ ਬਾਪੂ ਵੀ ਇਹੋ ਜੀ ਆ ਜਿੱਥੇ ਗੱਲਾਂ ਲੱਗਦਾ ਬਸ ਉੱਥੇ ਬਹਿ ਜਾਂਦਾ ਆਏ ਨਹੀਂ ਹੈਗਾ ਵੀ ਭੇਜਦਾ ਲੈ ਆ ਗਏ ਆ ਗਿਆ ਤੁਸੀਂ ਹਾਂ ਆ ਗਿਆ ਬਾਲਾ ਨਹੀਂ ਟਾਈਮ ਲਾਇਆ ਮੈਨੂੰ ਤਾਂ ਕਹਿੰਦੇ ਸੀ ਮੈਂ ਜਾਣ ਆਉਣੀ ਕਰਕੇ ਉਹ ਜਾਣ ਆਉਣ ਤਾਂ ਤੈਨੂੰ ਹੁਣ ਪਤਾ ਹੈਗਾ ਵੀ ਇਹੋ ਜੇ ਕੰਮ 'ਚ ਕਾਹਲ ਤਾਂ ਹੁੰਦੀ ਨਹੀਂ ਕਿ ਆਰਾਮ ਨਾਲ ਬੈਠ ਕੇ ਗੱਲ ਤਾਂ ਸਾਰੀ ਕਰਨੀ ਪੈਂਦੀ ਆ ਹਨਾ ਮੈਨੂੰ ਪਤਾ ਸਹੁਰਿਆਂ ਦੇ ਜਾ ਕੇ ਬਹਿ ਜਾਣਾ ਜੀ ਲੱਗ ਜਾਂਦਾ ਤੇਰਾ ਵੀ ਸਹੁਰਿਆਂ ਦੇ ਉਹ ਚੱਲ ਕੋਈ ਨਾ ਕਿਤੇ ਤਾਂ ਲੱਗਦਾ ਹੈਗਾ ਜੀ ਹਾਂ ਨਾ ਕੀ ਗੱਲ ਕਰਿਆ ਹੁਣ ਬਾਪੂ ਨਾਲ ਗੱਲ ਤਾਂ ਮੈਂ ਸਾਰੀ
हैप्पी ने भी आपने आख्या कहना हाँ बई हूँ मैं सारा कुछ फिट है कहना जो ओनू पसंद है अपने तो फिर कहदे वास्ते गल आऊगी नाले ओदी देखी भाली आ पहला देखी बैठा हूँ अपने का गल आप ही नहीं आती है चल फिर देखते हैं की बनता चल कोई गल नहीं हूँ तो जिम्मे बस करना है आप उम्मीद करना ही है आप कर देंगे कि हम कल जा आने आप जीवन के आप सारी गलबात उन्होंने कर आने ओहो कल नहीं जाना इन्नी जल्दी की करना जाके नाले हम तो सराह चलते हैं सराध खत्म हो जाते फिर आप गल करा नाले सगना का दिन आए नहीं है सराधा च जाइदा होंगे हूँ सराधा का भी होंगे कोई चक्कर आहो ये भी सराधा का चक्कर होंगे गा नरात्या जावे आप चल कोई गल नहीं फिर किन्ने दिन हजे सराध है बस दो चार दिन हो रहा है अच्छा चल कोई गल नहीं आप फिर जा आवे उन्होंने सारी गलबात कर लेंगे आप जिम्मे उन्होंने कहा उ प्रोग्राम रख लेंगे आहो नाले आया मैं तो यही चाहनी हाँ चुप करके चुनी चढ़ा के लिया रोटी पकती हो मैं तो आप यही गल कहना है भी जे चुनी चढ़ावा कर लिया मांगे एवं कट पट करने की कोई लोड़ ही नहीं है किनू किनू बथेरे खवा खवा के देख ले केड़ा कोई नाम दिंदा गा ओही ता गल है बाकी सिरे आए हैं कि रहा रिश्ता पर चढ़ जे रोटी पकती हो जूगी फिर किने कहना है मेरी टेंशन खत्म हो जू मेरा जाना आना मुक जू नहीं हूं एक लत मेरी इथे होंगी एक उथे होंगी ओही ता गल बापू ओदी फोन कर दिंदा आ जाती है चाह बनावा तो पी आए थे चाह तो मैं नीवे पी के आया चाह तो कर ही ले घुट चल बना दे फिर की बनता है ना चल आज इनक दिन का है 30,000 तो बहुत हो रहा 30,000 ना जे ना सारे चल 5,000 दी तो कोई चीज धार भी आ जूगी हां बाकी पेपर पूपा ही आना ते खर्चा तो घट ही हां हां चल जाना फिर मैं है ना चंगा पुत्त भाग जा ठीक है चल ध्यान ना जाई चंगा फोन करता सी सोच के मैं लगी पई है बंद करनी भुल गया तो बैटरी डाउन हो गई खड़ जा आ गया अच्छा प्रगट सिंह का फोन आ गया हेलो की हाल है जी हाँ हाँ वधिया अच्छा चल आ चंगी गल है फिर वधिया ना घर ही सीगा मैं ऊ तुरदा सी जे 2 मिंट फोन ना आउंदा निकल गया सी मैं आरती कोल जांदा सीगा ना ना तो फिर जा आऊंगा मैं कोई नहीं आजो तुसी आजो आजो कोई गल नहीं ठीक है हाँ हाँ सारे घर ही है चल वधिया गल है चंगा ठीक है बंदा खद्दर मूंगफली खवा दी मूंगफली चंगा तू कह कपड़े प्रेस कर लूगी करी दस की दोस्त हैगा दस नु खवा पिया भी नहीं सकते चल मैं भी कपड़े तो ठीक ही है।
ਭਾਬੀ ਜੇ ਬੇਬੇ ਆ ਗਈ ਨਾ ਗਾਲਾਂ ਦੇਊਗੀ। ਕੋਈ ਨਾ ਦੋਨੇ ਕੰਮ ਹੀ ਕਰੀ ਜਾਂਦੇ ਆਪਾਂ। ਬੇਬੇ ਦੀਆਂ ਕੀ ਚੁਗਲੀਆਂ ਕਰੀ ਜਾਂਦੀਆਂ ਉਹ ਮਾਂ ਸੁਣ ਮੇਰੀ ਗੱਲ ਸੁਣ। ਤਾਂ ਹੀ ਕਹਿੰਦੇ ਸੀ ਸਾਡਾ ਨਾਟਕ ਨੰਗੀ ਜਾਂਦਾ ਸੀ ਨਾਲੇ ਅਸੀਂ ਲਸਣ ਛਿੱਲ ਲਾਂਗੇ। ਇੱਥੇ ਨਾ ਅੰਦਰ ਲੈ ਕੇ ਵੜ ਜਾਂਦੀ ਉਹ ਲਸਣ ਉੱਤੇ ਪੱਖਾ ਛੱਡ ਰੱਖਿਆ ਆ ਸਾਰੇ ਫੋਲ ਕਾ ਖੱਲਾਂ ਚ ਵੜ ਜਾਣਗੇ। ਕੋਈ ਨਾ ਮਾਂ ਝਾੜੂ ਲਾ ਦਾਂਗੇ ਤੁਸੀਂ ਝਾੜੂ ਦੁਬਾਰੇ ਲਾਉਂਦੀਆਂ ਫਿਰ ਆਉਂਗੀਆਂ ਪਹਿਲਾਂ ਕੰਮ ਵਧਾਉਣੀਆਂ ਫਿਰ ਸਮਾਰ ਦਵਾਂ। ਕੋਈ ਨਾ ਸਾਡਾ ਕੰਮ ਕੀ ਹੈਗਾ। ਮੈਂ ਤੈਨੂੰ ਕੋਈ ਹੋਰ ਖੁਸ਼ਖਬਰੀ ਦਿੰਨੀ ਆ ਨਾਲੇ ਉਹ ਆਉਂਦੇ ਆ ਵੀਰ ਇਹਨੂੰ ਦੇਖਣ ਲੀੜੇ ਲੂੜੇ ਪ੍ਰੈਸ ਕਰ ਲੋ ਨਾ ਤਾਂ ਤੇ ਨਾਲੇ ਆਪਦਾ ਬਿਸਕੁਟ ਤਾਂ ਪਏ ਆ ਕਰੇ। ਤੂੰ ਬੜਾ ਤੁਰਤ ਦੱਸਿਆ ਮਾਂ ਤੁਰਤ ਫਿਰ ਸੁਨੇਹ ਹੀ ਤੁਰਤਾ ਹੈ ਮਾਂ ਲੀੜੇ ਪ੍ਰੈਸ ਕਰਨ ਨੂੰ ਕੀ ਆਈ ਵਾਰੀ ਉਹ ਮੁੱਕਰ ਜਾਂਦੇ ਮੈਂ ਹੁਣ ਪਹਿਲੀ ਤੋਂ ਮਾੜੀ ਬੋਕੀ ਬੋਲਦੀ ਹੁੰਨੀ ਐ। ਓ ਮਾਂ ਮੇਰੀ ਗੱਲ ਸੁਣ 10 ਵਾਰੀ ਹੋ ਗਿਆ ਮੇਰੇ ਨਾਲ ਨਾ ਭੈਣੇ 10 ਵਾਰੀ ਹੋ ਗਿਆ ਫਿਰ 10 ਵਾਰੀ ਬੰਨਿਆਗਾ ਹੁਣ ਘਰੇ ਰੱਖ ਲਾਂਗੇ ਫਿਰ ਕਮਾਰ ਕੋਠੜਾ ਚ ਲੈ ਲਾਂਗੇ ਤੇਰਾ। ਮਾਂ ਇਹਨੂੰ ਆਏ ਕਿ ਉਹ ਸੂਟ ਨਾ ਪਾਈਏ ਕਿ ਬਦਲ ਕੇ ਸੂਟ ਪਾਈਦਾ। ਮੈਂ ਪਾਉਂਦੀ ਨਹੀਂ ਭਾਬੀ ਮੈਂ ਤਾਂ ਆਹੀ ਪਾਉਂ ਘਰ ਵਾਲੇ ਸੂਟ ਹੀ ਜਿਹਨੇ ਫਿੱਟ ਕਰਨਾ ਤਾਂ ਇੰਨੇ ਸੂਟਾਂ 'ਚ ਹੀ ਕਰ ਜੂਗਾ। ਨਹੀਂ ਹਰਪ੍ਰੀਤ ਇੱਥੇ ਤਾਂ ਸੋਨਾ ਪਾ ਲਈ ਮੜਾ ਜਾ ਤਾਂ ਬੁਰਾ ਲੱਗਦਾ ਘਰ ਵਾਲੇ। ਪਹਿਲਾਂ ਤਾਂ ਫੜਾ ਦਿਓ ਠੰਡਾ ਪਿਆ ਫ੍ਰਿਜ 'ਚ ਆ ਪਿਆ ਕਮਾ ਤੇ ਆਉਣਗੇ ਤਾਂ ਉਹ ਦੋ ਜਣੀ। ਹਾਂ ਨਾ ਕੋਈ ਨਾ ਤੇ ਫਿਰ ਉਹ ਦੁਬਾਰਾ ਸੀ ਚਾਹ ਕਰ ਲਿਓ ਬਿਸਕੁਟ ਤੇ ਨਾਲੇ ਆਪਦਾ ਇਹਨੂੰ ਕਹਦੇ ਨਾ ਤੋ ਲੋਗ ਨੇ ਲੀੜੇ ਪ੍ਰੈਸ ਕਰ ਲੂਗੀ। ਮਠਾਈ ਨਹੀਂ ਭਾਬੀ ਮੰਗਾਉਂਦੇ ਮੇਰੀ ਗੱਲ ਸੁਣ ਆਈ ਵਾਰ ਵਾਰ ਫੀ ਖਾ ਕੇ ਮੁੱਕਰ ਜਾਂਦੇ ਆ ਕਹਿੰਦੇ ਸਾਡੀ ਤਾਂ ਕੁੜੀ ਨਹੀਂ ਫਿੱਟ। ਨਹੀਂ ਮਠਾਈਆਂ ਅੱਗੇ ਲਿਆਉਂਦੇ ਰਹੇ ਆ ਕੱਚੇ ਕੰਮ ਚ ਕਿਹੜੀਆਂ ਮਠਾਈਆਂ ਕੰਮ ਕਰਦੀਆਂ ਹੁੰਦੀਆਂ ਗੀਆਂ। ਬਿਸਕੁਟ ਜੇ ਖਾ ਕੇ ਕਿਸੇ ਨੇ ਦੋ ਪਸੰਦ ਕਰ ਲਈ ਉਦੋਂ ਬਾਅਦ ਮਠਾਈ ਲਿਆਵਾਂਗੇ ਨਾਲੇ ਮੈਂ ਉਦੋਂ ਬਾਅਦ ਚ ਮੈਨੂੰ ਮਕਾਉਣੀ ਪੈਂਦੀ ਹੈ ਨਾਲੇ ਫਿਰ ਮੇਰਾ weight ਵਧ ਜਾਂਦਾ ਉਹਦੇ ਨਾਲ। ਕੋਈ ਨਾ ਆਹਾਂ ਨਾ ਮਾਰੀ ਜਾਈ ਨਾਲੇ ਅੱਬੜੀਆਂ ਜੱਬੜੀਆਂ। ਉਹ ਨਹੀਂ ਮਾਰਦੀ ਮਾਂ ਮੇਰੀ ਗੱਲ ਸੁਣ ਮੈਂ ਤਾਂ ਐ ਮੂੰਹ ਬੰਦ ਹੀ ਰੱਖੂ ਮੈਂ ਬੋਲਦੀ ਬੰਦ ਹੀ ਰੱਖੀ ਬਸ। ਚੱਲ ਫਿਰ ਮੈਂ ਤਾਂ ਮਾੜੀ ਜੀ ਹਾਂ ਨਾਲੇ ਆ ਚੱਕ ਲੈ ਛੋਲਾ ਸਣ ਖੱਲਾਂ ਚ ਬੜੀ ਜਾਂਦੀ ਆ ਕੂੜਾ। ਮੈਨੂੰ ਹਰਕਤ ਆਉਂਦੀ ਐ ਇਹ ਜੇ ਕੰਮਾਂ ਤੋਂ। ਤੂੰ ਦੇਖ ਲੈ ਲੱਗ ਮੈਂ ਨਹੀਂ ਦੇਖਦੀ ਤਾਂ ਮੈਨੂੰ ਹਰਕਤ ਆਉਂਦੀ ਐ ਇਹ ਜੇ ਕੰਮਾਂ ਤੋਂ। ਮੈਂ ਕੱਪੜੇ ਕਰ ਦਿੰਨੀ ਆ ਪ੍ਰੈਸ। ਕੋਈ ਨਾ ਮੈਂ ਵੀ ਕਰ ਲੂੰਗੀ ਤੂੰ ਬਹਿ ਜਾ। ਚੱਲ ਛੱਡ ਦਿਓ ਖੜਾ ਕੀ ਮੁਰਗਾ ਰੰਨਣਾ ਐ ਬੰਦ ਹੀ ਕਰਤਾ। ਲੈ ਮੈਂ ਵੀ ਬੰਦ ਹੀ ਕਰਤਾ ਮੈਂ ਵੀ ਜਾਣੀ ਐ ਸੋਹਣਾ ਆਹੀ ਘਰ ਆ ਵੀਰਪਾਲ। ਅੱਛਾ ਹਾਂ ਘਰ ਤਾਂ ਫਿਰ ਸੋਹਣਾ ਪਾਇਆ ਹੋਇਆ ਹੈ ਨਾ ਕੁੜੀ ਵਾਲਿਆਂ ਨੇ। ਚੱਲ ਕੋਈ ਨਹੀਂ ਆ ਬਾਕੀ ਤੁਸੀਂ ਤਾਂ ਆਉਂਦੇ ਜਾਂਦੇ ਰਹਿੰਦੇ ਹੋ ਤੁਹਾਨੂੰ ਤਾਂ ਪਤਾ ਹੈ। ਚੱਲ ਆ ਜਾਓ ਹੋਰ ਬਈ ਜੀਵਨ ਠੀਕ ਹੈ ਕੀ ਹਾਲ ਹੈ ਸਸਰੀ ਕਾਲ ਮਾਂ ਪਰਸੀ ਲੈ ਲੈ ਸਸਰੀ ਬਈ ਅਸੀਂ ਕਾਲ ਆ ਕੁਰਸੀ ਨੇੜੇ ਕਰ ਸਸਰੀ ਕਾਲ ਹੋਰ ਸਹਿਬ ਸੁਖ ਹੈ ਜੀ। ਹਾਂਜੀ ਵਧੀਆ ਵਧੀਆ ਠੀਕ ਠਾਕ ਹੋ ਵਧੀਆ ਜੇ ਮੈਂ ਮੌਕੇ ਤੇ ਫੋਨ ਕੀਤਾ ਫਿਰ ਹੈ ਉਹ ਬਸ ਜੀਵਨ ਤਿਆਰ ਹੀ ਸੀਗੇ ਤੇ ਮੇਰੇ ਤਾਂ ਫੋਨ ਪਹਿਲਾਂ ਯਾਦ ਹੀ ਨਹੀਂ ਆਇਆ ਉਹ ਤਾਂ ਵੀਰਪਾਲ ਨੇ ਯਾਦ ਕਰਾਇਆ ਕਹਿੰਦੀ ਪਹਿਲਾਂ ਫੋਨ ਕਰਦੇ ਆਂ ਨਹੀਂ ਪਤਾ ਕਈ ਵਾਰੀ ਕਹਿੰਦੀ ਘਰੇ ਨਹੀਂ ਹੁੰਦੇ ਉਹ ਮੈਂ ਜਾਂਦੀ ਸੀਗਾ ਆਰਤੀ ਦੇ ਅੱਛਾ ਹੋਰ ਬਸ ਤੁਰਦਾ ਹੀ ਸੀ ਚਲ ਵਧੀਆ ਕਰਿਆ ਫਿਰ ਤਾਂ ਜਿਹੜਾ ਪਹਿਲਾਂ ਫੋਨ ਕੀਤਾ ਪਾਣੀ ਲੈ ਕੇ ਆਓ ਆਏ ਜੀ ਚਲ ਵਧੀਆ ਕੀਤਾ ਤਾਂ ਤੁਰਦੇ ਹੀ ਸੀਗੇ ਹੋਰ ਕਿਵੇਂ ਨਰਮਨ ਨੂੰ ਮੈਂ ਤੇਰਾ ਵੀ ਖੇੜਿਆ ਪਿਆ ਮੇਰਾ ਕਹਿੰਦਾ ਚੁਗਲ ਵਾਲਾ ਹਾਂ ਬਸ ਮੇਰਾ ਤਾਂ ਬਸ ਤੈਨੂੰ ਪਤਾ ਹੀ ਹੈ ਗੇਰਾ ਤਾਂ ਚੁਗ ਹੀ ਲਿਆ ਸੀਗਾ ਬਸ ਕੱਲ ਨੂੰ ਆਦੇ ਆ ਬੰਦੇ ਕਹਿੰਦੇ ਆ ਜਾਣਗੇ। ਸਤਿ ਸ਼੍ਰੀ ਅਕਾਲ ਜੀ ਪੀ ਲੈ ਮਸ ਨਾ ਮੈਂ ਨਹੀਂ ਪੀਣਾ ਹੈਗਾ ਤੂੰ ਤੂੰ ਪੀ ਲੈ ਮੈਂ ਤਾਂ ਹੁਣੇ ਪੀਤਾ। ਉਹ ਐ ਬਾਟ ਨੇੜੇ ਆ ਹਨਾ ਹੂੰ ਇਹ ਤਾਂ ਸੌਖ ਹੈ ਚਲ ਬਾਟ ਨੇੜੇ ਚਲ ਹਾਂ ਚਲੋ ਠੀਕ ਆ ਮਾਸੀ ਫਿਰ ਮੈਂ ਚੰਗਾ ਅੰਦਰ ਬਹਿ ਜਾ ਆਵਾਜ਼ ਉਰੇ ਹੋ ਜਾ ਪਾਈ ਪਰ ਅਸੀਂ ਤਾਂ ਪਹਿਲਾਂ ਹੀ ਆ ਜਾਣਾ ਸੀ ਗੱਲ ਕਰਾਂ ਸਰਾਧਾਂ ਦਾ ਸੀਗਾ ਨਾ ਵੀ ਸਾਨੂੰ ਆਏ ਸੀ ਵੀ ਨਰਾਤੇ ਚੜ ਜਾਣ ਫੇਰ ਹੀ ਜਾਵਾਂਗੇ ਸਾਰੀ ਗੱਲ ਵਾ ਤਾਂ ਫੇਰ ਹੀ ਕਰਕੇ ਆਵਾਂਗੇ। ਹਾਂਜੀ ਸਰਾਧਾਂ ਦਾ ਵਹਿਮ ਹੋ ਜਾਂਦਾ ਫਿਰ ਨਰਾਤਿਆਂ 'ਚ ਹੀ ਗੱਲ ਹੁੰਦੀ ਆ ਨਾ। ਹਾਂਜੀ ਹਾਂ ਮੈਨੂੰ ਆਏ ਸੀ ਵੀ ਚੱਲ ਆਇਆ ਵੀ ਆਪਾਂ ਤਾਂ ਪਹਿਲਾਂ ਤਿਆਰ ਆ ਹਨਾ ਸਗਨ ਕਰਨਾ ਦਾ ਵੀ ਕਾਹਨੂੰ ਐਵੇਂ ਸਰਾਧਾਂ 'ਚ ਤੁਰੇ ਫਿਰਨਾ ਨਾ ਬਾਕੀ ਵਹਿਮ ਜਾ ਹੋ ਹੀ ਜਾਂਦਾ ਫਿਰ। ਤੁਸੀਂ ਕਿੰਨੇ ਪੜ੍ਹੇ ਹੋਏ ਫਿਰ? ਮੇਰੀ ਜੀ ਪਲੱਸ 2 ਕਰੀ ਗਈ ਜੀ। ਅੱਛਾ ਅੱਛਾ ਹਾਂਜੀ ਫਿਰ ਅੱਗੇ ਨਹੀਂ ਪੜ੍ਹਨ ਬਾਰੇ ਸੋਚਿਆ ਤੁਸੀਂ? ਨਹੀਂ ਜੀ ਉਹ ਮੰਮੀ ਵਾਲੀ ਬਿਮਾਰ ਰਹਿੰਦੀ ਸੀ ਫਿਰ ਵੀਰੇ ਨੂੰ ਵਿਆਹ ਲਿਆ ਸੀ ਛੋਟਾ ਵੀਰਾ ਹੁਣ ਤਾਂ ਇੱਥੋਂ। ਅੱਛਾ ਅੱਛਾ ਛੋਟਾ ਹੈਗਾ ਬਰਦਰ। ਹਾਂਜੀ ਠੀਕ ਤੇ ਬਾਕੀ ਆਏ ਜੀ ਸਾਰੇ ਕੰਮ ਕਰ ਲੈਂਦੇ ਆ ਘਰ ਦਾ ਕੋਈ ਦਿੱਕਤ ਨਹੀਂ ਗੀ ਵੀ ਪਸ਼ੂਆਂ ਦਾ ਧਾਰਾਂ ਸਾਰੀਆਂ ਆਉਂਦਾ ਇਹਨੂੰ ਕੰਮ। ਠੀਕ ਠੀਕ ਹਾਂ ਚਲੋ ਆਪਾਂ ਤਾਂ ਇਹੀ ਕਹਿੰਦੇ ਆ ਹਣਾ ਵੀ ਭਾਈ ਕੰਮ ਕਰ ਵਾਲੀ ਸਾਨੂੰ ਤਾਂ ਚਾਹੀਦੀ ਆ ਪਹਿਲਾਂ ਵੀਰ ਜੀ ਨੂੰ ਵੀ ਇਹਨਾਂ ਨੇ ਗੱਲ ਕਰੀ ਹੋਊਗੀ ਪ੍ਰਗਟ ਨੇ ਵੀ ਭਾਈ ਸਾਨੂੰ ਤਾਂ ਕੰਮ ਕਰ ਵਾਲੀ ਕੁੜੀ ਚਾਹੀਦੀ ਆ ਸਾਨੂੰ ਪੜ੍ਹੀ ਲਿਖੀ ਦੀ ਲੋੜ ਨਹੀਂ ਹੈਗੀ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਕਿਹੜਾ ਕੰਮ ਕਰਦੀਆਂ ਨੇ ਨਾਲੇ ਸਾਨੂੰ ਅਸੀਂ ਤਾਂ ਰੋਟੀ ਪੱਕਦੀ ਕਰਨੀ ਆ ਆਪਦੇ ਘਰੇ ਤੁਹਾਨੂੰ ਤਾਂ ਦੱਸਿਆ ਹੋਊਗਾ ਇੱਧਰ ਵੀਰ ਜੀ ਨੇ ਵੀ ਐਂ ਕਰਕੇ ਵੀ ਇਕੱਲੇ ਬਾਪੂ ਜੀ ਆ ਮੇਰੇ ਤੇ ਬਸ ਮੇਰਾ ਬ੍ਰਦਰ ਹੈਗਾ ਮੰਮੀ ਦੀ ਡੈਥ ਹੋ ਗਈ ਸੀਗੀ ਪਹਿਲਾਂ। ਬਾਕੀ ਅੱਜ ਕੱਲ ਤਾਂ ਕੁੜੀਆਂ ਤਾਂ ਸਾਫ ਸਫਾਈ ਵੀ ਨਹੀਂ ਹੁੰਦੀ ਇੰਨਾ ਬੁਰਾ ਹਾਲ ਹੋਇਆ ਪਿਆ ਨਹੀਂ ਇਹ ਤਾਂ ਮੈਂ ਕਹੀ ਸਾਰਾ ਕੰਮ ਕਰ ਲੈਂਦੀ ਜੇ ਅਸੀਂ ਮੰਮੀ ਤੇ ਮੈਂ ਨਹੀਂ ਵੀ ਘਰੇ ਹੁੰਦੀਆਂ ਸਾਨੂੰ ਕੋਈ ਫਿਕਰ ਨਹੀਂ ਰਹਿੰਦਾ ਇਹ ਸਿਰ ਤੇ। ਚਲੋ ਵਧੀਆ ਗੱਲ ਆ ਹਾਂ ਸਾਰਾ ਘਰ ਸੰਭਾਲ ਲੈਂਦੀ ਆ। ਦੀਦੀ ਜੌਬ ਕਰਦੇ ਹੋ ਤੁਸੀਂ?
ਨਹੀਂ ਨਹੀਂ ਮੈਂ ਜੌਬ ਨਹੀਂ ਕਰਦੀ ਹੈਗੀ ਮੈਂ ਤਾਂ ਘਰੇ ਹੁੰਦੀ ਹਾਂ ਬਸ ਹਾਊਸ ਵਾਈਫ ਹੀ ਆ ਅੱਛਾ ਅੱਛਾ ਹਾਂਜੀ ਹਾਂ ਬਾਕੀ ਤੁਹਾਨੂੰ ਪਤਾ ਵੀ ਅੱਜ ਕੱਲ ਹੁਣ ਸ਼ਹਿਰਾਂ ਚ ਕਿਹੜਾ ਕੰਮ ਹੁੰਦਾ ਹਾਂਜੀ ਆਪਦਾ ਕੱਲ ਸਵੇਰੇ ਕਰ ਲੈਣੇ ਝਾੜੂ ਪੋਚਾ ਕਰਕੇ ਉਦੋਂ ਬਾਅਦ ਚ ਬਸ ਵਿਹਲੇ ਆ ਸਾਰੀ ਦਿਹਾੜੀ ਟੀਵੀ ਦੇਖ ਲਿਆ ਫੋਨ ਦੇਖ ਲਿਆ ਆਹੀ ਹੁੰਦਾ ਅੱਜ ਕੱਲ ਤਾਂ ਕੰਮ ਹੀ ਹੈ ਨਹੀਂ ਕੰਮ ਹੀ ਹੈ ਨਹੀਂਗਾ ਅੱਗੇ ਹੁੰਦਾ ਸੀਗਾ ਸਾਰੀ ਦਿਹਾੜੀ ਕੰਮ ਕਰੀ ਚੱਲੋ ਨਰਮੇ ਚੋਗਦੀਆਂ ਅੱਗੇ ਕਪਾਹ ਉਹ ਕਰਦੀਆਂ ਬੋਹ ਕਰਦੀਆਂ ਹੁਣ ਤਾਂ ਕੰਮ ਹੀ ਮੁੱਕ ਗਏ ਸਾਰੇ ਉਹ ਦੀਦੀ ਜਦੋਂ ਤੁਸੀਂ ਪਿੰਡ ਜਾਂਦੇ ਹੋਗੇ ਹਨਾ ਮੰਮੀ ਦੀ ਕਮੀ ਮਹਿਸੂਸ ਹੁੰਦੀ ਉਸ ਸਮੇਂ ਹਾਂ ਉਹ ਤਾਂ ਬਹੁਤ ਸਾਨੂੰ ਐਂ ਹੁੰਦਾ ਨਾ ਵੀ ਅੱਜ ਜੇ ਮਾਂ ਬੈਠੀ ਹੁੰਦੀ ਚੱਲ ਆਪਦੇ ਦੇਖ ਜਾਂਦੀ ਉਹਦੇ ਪੁੱਤ ਦਾ ਰਿਸ਼ਤਾ ਹਨਾ ਵਿਆਹ ਹੁੰਦਾ ਦੇਖ ਲੈਂਦੀ ਸੋ ਮਾਮਾ ਨੂੰ ਵੀ ਹੁੰਦਾ ਹੀ ਆ ਵੀ ਐਵੇਂ ਪੋਤੇ ਪੋਤੇ ਹੋਣ ਸਾਡੇ ਹਨਾ ਉਹ ਹੋਵੇ ਉਹ ਹੋਵੇ ਬਾਕੀ ਤੁਹਾਨੂੰ ਪਤਾ ਹੀ ਹੈ ਹਾਂਜੀ ਕੱਲਾ ਕੱਲਾ ਪੁੱਤ ਹੁੰਦਾ ਹੱਥੀ ਵਿਆਹਾਂ ਹਨਾ ਸਾਰੇ ਸ਼ੌਂਕ ਪੂਰੇ ਕਰਾ ਉਹਦੇ ਚੱਲ ਜੋ ਰੱਬ ਨੂੰ ਮਨਜ਼ੂਰ ਹੈ ਫਿਰ ਉਹ ਤਾਂ ਕਿਵੇਂ ਟਾਲ ਸਕਦੇ ਬਾਕੀ ਮੈਂ ਤਾਂ ਪਹਿਲਾਂ ਵੀ ਵੀਰੇ ਨੂੰ ਬਥੇਰਾ ਜ਼ੋਰ ਲਾਇਆ ਵੀ ਵੀਰੇ ਵਿਆਹ ਕਰਾ ਲਾ ਵਿਆਹ ਕਰਾ ਲਾ ਉਦੋਂ ਤਾਂ ਇਹ ਨਾ ਮੰਨਿਆ ਨਹੀਂ ਭੈਣੇ ਮੈਂ ਤਾਂ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਾਉਣਾ ਆਪ ਪੜ੍ਹਿਆ ਲਿਖਿਆ ਸੀ ਹੁਣ ਦੇਖ ਲੈ ਜਦੋਂ ਉਮਰ ਲੰਘ ਗਈ ਹੁਣ ਮੈਂ ਕਿਹਾ ਵੀ ਭਰਾਵਾ ਤੂੰ ਤਾਂ ਆਪਦਾ ਜਿਹੜਾ ਨਹੀਂ ਪਹਿਲਾਂ ਤਾਂ ਵਿਆਹ ਨਹੀਂ ਕਰਾਇਆ ਹੁਣ ਤਾਂ ਕਰਾ ਲਾ ਬਾਪੂ ਨੂੰ ਤਾਂ ਸੁੱਖ ਹੋ ਜੇ ਨਾਲ ਵਿਚਾਰਾ ਬਾਪੂ ਤੁਰਿਆ ਫਿਰਦਾ ਉਹ ਸਹੀ ਗੱਲ ਹਾਂ ਤਾਂ ਇੱਦਾਂ ਦੀ ਸੋਨੂੰ ਦੋਨੇ ਪਾਸੇ ਹੋਣਾ ਵੀ ਬਹੁਤ ਔਖਾ ਮੈਨੂੰ ਇੱਕ ਗੱਲ ਹੋਰ ਆ ਜੇ ਨਾ ਅੱਗੇ ਤਾਂ ਐਂ ਹੁੰਦਾ ਸੀਗਾ ਜਦੋਂ ਮਾਂ ਹੁੰਦੀ ਸੀ ਉਦੋਂ ਤਾਂ ਚਾਹੇ ਜਦੋਂ ਮਰਜ਼ੀ ਜਾ ਵੜੇ ਹੁਣ ਤਾਂ ਮੈਨੂੰ 15-20 ਦਿਨਾਂ ਬਾਅਦ ਕਿਤੇ ਨਾ ਕਿਤੇ ਗੇੜਾ ਮਾਰਨਾ ਪੈਂਦਾ ਦੋ ਘਰ ਸਾਹਮਣੇ ਦੋ ਘਰ ਸਾਹਮਣੇ ਬਹੁਤ ਔਖੇ ਹੋ ਜਾਂਦੇ ਆ ਨਾਲੇ ਰੋਜ਼ ਕਿੱਥੇ ਤੁਰਿਆ ਜਾਂਦਾ ਐਵੇਂ ਰਾਹਾਂ 'ਚ ਉਹ ਐਂ ਹੈ ਜੀ ਬਾਈ ਦਾ ਸੁਭਾਅ ਵਧੀਆ ਹੈ ਨਾ ਜਿਹੜਾ ਤੁਹਾਨੂੰ ਵੀ ਲੈ ਹਾਂ ਪ੍ਰਗਟ ਦਾ ਸੁਭਾਅ ਆ ਵੀ ਵਧੀਆ ਗਾ ਮੈਨੂੰ ਜਾਣ ਆਉਣ ਤੋਂ ਨਹੀਂ ਰੋਕਦਾ ਬਾਕੀ ਉਹਨੂੰ ਪਤਾ ਗਾ ਆਪਾਂ ਕਿਹੜਾ ਕਿਤੇ ਜਾਣਾ ਹੁੰਦਾ ਪੇਕੇ ਹੀ ਆ ਹੋਰ ਆਪਾਂ ਕਿੱਥੇ ਕਿੰਨੀਆਂ ਰਿਸ਼ਤੇਦਾਰੀਆਂ 'ਚ ਤੁਰੇ ਫਿਰਦੇ ਆ ਇੰਨਾ ਹੀ ਵਧੀਆ ਤੁਹਾਡਾ ਸਾਥ ਦੇਈ ਜਾਂਦਾ ਗਾ ਜੇ ਤੁਹਾਡੇ ਬਾਰੇ ਸੋਚਦਾ ਹੈ ਹਨਾ ਵੀ ਇਹਨੂੰ ਵੀ ਔਖਾ ਗਾ ਚੱਲ ਕੁਛ ਦਿਨ ਤਾਂ ਲਾਤੇ ਉਹ ਆਹ ਸ਼ਰਾਧ ਨਹੀਂ ਚੱਲੀ ਜਾਂਦੇ ਮੈਨੂੰ ਲੱਗਦਾ ਹਾਂ ਉਹਦਾ ਕਰਕੇ ਰੁਕ ਗਏ ਸੀ ਵੀਰਪਾਲਾ ਦੀ ਕਹਿੰਦੀ ਚੱਲ ਕਾਹਨੂੰ ਜਾਣਾ ਹੈਗਾ ਜੀ ਵੀ ਆਪਾਂ ਜਦੋਂ ਨਰਾਤੇ ਚੜ੍ਹ ਕੇ ਫੇਰ ਹੀ ਚੱਲਾਂਗੇ ਸ਼ਰਾਧਾਂ 'ਚ ਹਾਂ ਜੀ ਵਧੀਆ ਸਾਰੀ ਗੱਲਬਾਤ ਕਰ ਲਈ ਮੈਂ ਆਪਦੇ ਸਹੁਰੇ ਨਾਲ ਉਹਨੇ ਮੈਨੂੰ ਆਖਤਾ ਵੀ ਕਹਿੰਦਾ ਵੀ ਆਪਣੇ ਵੱਲੋਂ ਤਾਂ ਸਾਰਾ ਕੁਛ ਕਹਿੰਦਾ ਵੀ ਦੇਖਿਆ ਦਿਖਾਇਆ ਹੈਗਾ ਬਾਕੀ ਮੁੰਡਾ ਦੇਖੋ ਇੱਥੇ ਘਰੇ ਆ ਕੀ ਗਿਆ ਤੁਹਾਡੇ ਵੀ ਉਹ ਵੀ ਕਹਿੰਦਾ ਮੈਨੂੰ ਕੁੜੀ ਪਸੰਦ ਹੈ ਤੇ ਜਿਵੇਂ ਉਹ ਕਹਿਣਗੇ ਕਹਿੰਦਾ ਆਪਾਂ ਤਾਂ ਉਵੇਂ ਹੀ ਕਰ ਲਾਂਗੇ ਹੁਣ ਅਸੀਂ ਤਾਂ ਤੁਹਾਡੇ ਕੋਲ ਤਾਂ ਆਏ ਹਾਂ ਤੁਸੀਂ ਸਾਨੂੰ ਦੱਸ ਦਿਓ ਵੀ ਕਦੋਂ ਤੁਸੀਂ ਦਿਨ ਕਢਾਓਗੇ ਕੀ ਆਪਾਂ ਪ੍ਰੋਗਰਾਮ ਰੱਖਣਾ ਹੈਗਾ ਉਹ ਤਾਂ ਉਹੀ ਆ ਦੇ ਵਿਵਸਥਾ ਵਿੱਚ ਚੁੰਨੀ ਚੜਾਵਾ ਕਰਕੇ ਲੈ ਜਾਣਗੇ ਠੀਕ ਆ ਉਹ ਤਾਂ ਫਿਰ ਬੁੱਤ ਆਪਣਾ ਹਨਾ ਚੁੰਨੀ ਚੜਾਵਾ ਫਿਰ ਇੰਨੇ ਪੈਸੇ ਲਾਉਣੇ ਫਿਰ ਚੁੰਨੀ ਚੜਾਵਾ ਉਹ ਚੁੰਨੀ ਚੜਾਵਾ ਬਈ ਆਏ ਹੈਗਾ ਕਿਸੇ ਨੂੰ ਕਿੰਨਾ ਮਰਜ਼ੀ ਖਵਾਲਾ ਦੇਖ ਲਾ ਅਗਲੇ ਨੇ ਤਾਂ ਬਾਅਦ ਚ ਕਿਸੇ ਨੇ ਚੰਗਾ ਕਹਿਣਾ ਕਿਸੇ ਨੇ ਮੰਦਾ ਕਹਿਣਾ ਹੈਗਾ ਵਾਧੂ ਦਾ ਮੈਂ ਇਕੱਠ ਕਰਨ ਦਾ ਵੀ ਚੰਗਾ ਤਾਂ ਕੋਈ ਵੀ ਨਹੀਂ ਕਹਿੰਦਾ ਜਿੰਨਾ ਮਰਜ਼ੀ ਖਵਾ ਦੇ ਅਗਲੇ ਨੇ ਕਹਿਣਾ ਆ ਚੀਜ਼ ਘਾਟ ਸੀ ਆ ਚੀਜ਼ ਘਾਟ ਸੀ ਫਿਰ ਮੈਂ ਇਹ ਕਹਿੰਦੀ ਸੀ ਪੁੱਤ ਸਾਡੇ ਤੋਂ ਤਾਂ ਚੁੰਨੀ ਚੜਾ ਕੇ ਲੈ ਜਾਣਗੇ ਫਿਰ ਤੁਸੀਂ ਗਾਹਾਂ ਪਾ ਕੇ ਪੋਟੇ ਨਹੀਂ ਕਰਦੇ ਉਹ ਤਾਂ ਦੇਖੋ ਮਾਸੀ ਜੀ ਜੇ ਗਾਹਾਂ ਜਾ ਕੇ ਉੱਥੇ ਅਸੀਂ ਆਪੇ ਪ੍ਰੋਗਰਾਮ ਕਰ ਲਾਂਗੇ ਘਰੇ ਜਿਹੜੇ ਚਾਰ ਰਿਸ਼ਤੇਦਾਰ ਹੋਣਗੇ ਉਹਨਾਂ ਨੂੰ ਖਵਾ ਪਿਆ ਦੇਣਗੇ ਕੋਈ ਮੂੰਹ ਮੱਥੇ ਲੱਗਦਾ ਹੁੰਦਾ ਕੋਈ ਆਪਦੇ ਘਰਾਂ ਚੋਂ ਆਪਾਂ ਇਹ ਕਰੀਏ ਚੱਲ ਹਜੇ ਤਾਂ ਹਜੇ ਦੇਖਦਾ ਹੀ ਤਾਂ ਮਤਲਬ ਉਹ ਪਸੰਦੀ ਆ ਮੁੰਡੇ ਨੇ ਦੇਖ ਹੀ ਲਿਆ ਸੀ ਨਾ ਤੇ ਆਪਾਂ ਇੱਥੇ ਮੁੰਡਾ ਵੀ ਬੜਾ ਬੜਾ ਮੋਟਾ ਹਨਾ ਕੋਈ ਗੱਲ ਨਹੀਂ ਉਹ ਆਪਾਂ ਬੁਲਾਵਾਂਗੇ ਕਿਹੜਾ ਸ਼ਗਨ ਦਾ ਪ੍ਰੋਗਰਾਮ ਤਾਂ ਆਪਾਂ ਕਰਾਂਗੇ ਅੱਛਾ ਹਾਂ ਸ਼ਗਨ ਦਾ ਪ੍ਰੋਗਰਾਮ ਤਾਂ ਦੇਖਾ ਆਪਾਂ ਕਰਾਂਗੇ ਖੰਮਣੀ ਵਗੈਰਾ ਬੰਨਣਗੇ ਉਹ ਤਾਂ ਸਾਰਾ ਹੋਊਗਾ ਗਾਹਾਂ ਵਿਆਹ ਦੀ ਗੱਲ ਕਰਦੇ ਆਪਾਂ ਅੱਛਾ ਹਾਂ ਵਿਆਹ ਫਿਰ ਆਪਾਂ ਐਂ ਕਰਾਂਗੇ ਆਪਾਂ ਬਾਹਰ ਹੋਟਲ ਹਾਟਲ 'ਚ ਦੇਖ ਲਾਂਗੇ 10 ਬੰਦੇ ਤੁਸੀਂ ਅੱਜ 10 ਅਸੀਂ ਹਾਂ ਆਪਾਂ ਕੋਈ ਰੈਸਟੋਰੈਂਟ ਦੇਖ ਲਾਂਗੇ ਉਹਦੇ 'ਚ ਵਧੀਆ ਉੱਥੇ ਬਸ ਇੱਥੇ ਗੇਮ ਹੈਗਾ ਇੱਕ ਨਹੀਂ ਤਾਂ ਧੀ ਪੁੱਤ ਦੇ ਚਿੱਤ ਜੇ ਚਾਹ ਰਹਿ ਜਾਂਦਾ ਹਨਾ ਘਰੇ ਜੇ ਲੋਟ ਨਹੀਂ ਆਉਂਦਾ ਤੇ ਨਾਲ ਜਾਂ ਸਾਗਣ ਵਧੀਆ ਹੋ ਜਾਂਦਾ ਚਲੋ ਐਂ ਕਰ ਲਾਂਗੇ ਫਿਰ ਹਾਂ ਇੱਥੇ ਗੇਲੇ ਹੈਗਾ ਇੱਕ ਰੈਸਟੋਰੈਂਟ ਜਾਂ ਉਹ ਪਲੇਟ ਕਰ ਲੈਂਦੇ ਆਪਾਂ 700 ਰੁਪਏ ਚ ਬਸ ਠੀਕ ਉਤਰੀ ਕਰ ਲਾਂਗੇ ਆਪਾਂ ਬਤੋ 20 ਬੰਦੇ ਹੋ ਹਾਂ ਬਸ 20 ਬੰਦੇ ਹੋ ਜਾਣਗੇ ਨਾਲੇ ਵਧੀਆ ਚਾਰ ਹੱਥ ਨੂੰ ਆਦਰ ਨਿਬੜ ਜਾਊਗਾ ਹਾਂ ਸਹੀ ਗੱਲ ਚੱਲ ਭਾਈ ਇਹ ਤਾਂ ਤੇਰੀ ਗੱਲ ਫਿਰ ਠੀਕ ਆ ਚੱਲ ਹਾਂਜੀ ਮੈਂ ਤਾਂ ਜਾ ਕੇ ਬਸ ਜਿਵੇਂ ਆਪਣਾ ਤੁਸੀਂ ਦੱਸਿਆ ਸੀ ਆਪਾਂ ਸਾਰਾ ਕੁਝ ਦੱਸਤਾ ਸੀ ਉਹਨਾਂ ਨੂੰ ਆਪਾਂ ਕਿਹੜਾ ਕਿਸੇ ਚੀਜ਼ ਦਾ ਲਕੋ ਰੱਖਣਾ ਹੈਗਾ ਵੀ ਕੱਲ ਨੂੰ ਗੱਲ ਦੇਣੀ ਪੈ ਜਾਂਦੀ ਹੁੰਦੀ ਹੈ ਹਾਂ ਵੀ ਅੱਜ ਹੀ ਗੱਲ ਦੱਸੀ ਚੰਗੀ ਗੱਲ ਕਰ ਫਿਰ ਪੁੱਤਾ ਪਤਾ ਇੰਨੇ ਪੈਸੇ ਲਾਉਣੇ ਸਮਾਨ ਤਾਂ ਭਾਈ ਅਸੀਂ ਆਪਦੀ ਸਾਰਾ ਕੁੜੀ ਨੂੰ ਦੇ ਕੇ ਆਦਾ ਵਰਤਨ ਵਾਲਾ ਸਾਰੇ ਹੀ ਦੇਵਾਂਗੇ ਕੋਈ ਗੱਲ ਨਹੀਂ ਮਾਤਾ ਜਿਹੜਾ ਤੁਸੀਂ ਜੀ ਕਰਿਆ ਦੇ ਦਿਓ ਸਮਾਨ ਬਾਕੀ ਉਹਨਾਂ ਦੇ ਘਰੇ ਕਮੀ ਵੀ ਕਿਸੇ ਚੀਜ਼ ਦੀ ਨਹੀਂ ਹੈਗੀ ਐ ਫਿਰ ਦੂਰੇ ਦੂਰੇ ਚੀਜ਼ਾਂ ਤੱਕ ਲਾ ਕਿਉਂ ਲਓ ਵੀ ਦੱਸ ਦਿਓ ਸਾਨੂੰ ਉਹ ਆਪਾਂ ਉਹਨਾਂ ਨੂੰ ਦੱਸ ਦਾਂਗੇ ਚਾਹ ਪਾਣੀ ਪੀ ਲੈਣੇ ਫਿਰ ਕਰਦੇ ਗੱਲ ਆ ਜਾਓ ਆਪਾਂ ਚਾਹ ਪੀ ਠੀਕ ਆ ਚੱਲ ਕੋਈ ਨਹੀਂ ਚੱਲੋ ਅੰਦਰ ਅੰਦਰ ਚੱਲੋ ਚੱਲ ਭਾਈ ਸ਼ਾਬਾਸ਼ ਤੇਰੇ ਉਹੀ ਗੱਲ ਸਿਰੇ ਚੜ ਜੇ ਗੱਲ ਵਧੀਆ ਹੋ ਜਾਊਗਾ ਚੱਲ
चल कोई ना चाह तो पींदे रहने कर ली वीरपाल सारी गल हां जी कर ली गल तो मैं सारी कर ली चल ठीक है मासी फिर असि ले जाइए बाजे गाजा नहीं लेके जावांगे चलो फिर चाह चू बना लो कहे पानी पी सारोगे ना ना भाई चाह की कोई लोड़ नहीं है बस ठंडा पी लिया चाह की नहीं लोड़ चाह तो आप बस हम सगन आले दिन ही पीवांगे ठंडा तो पियाने से कुड़ कुड़ चाह भी ले लेंगे नहीं नहीं मासी जी बस बहुत है ले भाई हुन देख सोडे मुरे सारा कुछ साडी कुड़ी काम धंधा बथेरा कर दी है हां जी ओ तो गल कर ओ तो प्रगट नु पता ही है प्रगट नु इनानु पता ही है सारी गल मासी मेनू पहले हां जी हां जी हां जी चलो भाई आ तो बढ़िया हो गया सगन दा दिन रख लेंदे बाकी सोच विचार करके दस दिन सगन दा दिन तां बस आही मूरे लोट ही है सारे दिन रात उतर गई हां जी हां ते मूरे सारे दिन शुद्ध है कोई दिन नराते दी रख लो फिर है ना इक नराते दे रख लो पहले दा पहले नराते दा हां चलाए कर लो पहले नराते दे लोटा बस ना कढ़ाउणा पवे शुद्ध हुंदा दिन वाधू ब्याह हुंदे नराते उ 16 तरीक दा भी ठीक सीगा 16 तरीक नु दूजा नराता मिलदा चलो एक दिन तक ही हां ऐ ना फिर माड़ा मोटा तन्नु पता है समान सून लेणा हुंदागा चलो फिर 16 तरीक दा कर दी है ना बस ठीक है फिर आपा हां दूजे नराते कर लो मंडगो ही चकना बस सारा कुछ आओ फिर भी कम तंदे ते फिर ओला ना हो जांदा कपड़े चलो तां छड़ के भी आउणा सब काम ना सुख नाल काम वाद ही हुंदे आ वैसे तो मासी सानू कासे दी लोड़ नहीं रब दा सारा कुछ है साडे कोले तुस तां भी खेचला करी जांदे होंगे पुत ओ मां दे घरे होवे ते असी दी नू खाली नहीं भेजदे हुण सारा समान इहदे बर्तन वाला ओ तां सारा टोटड़ी देवांगे ते जेड़ी साडे चीज हैगी है ओ दूरना दूरना तो की कराउणा देख जे हुण दो तां की करने दांगे जे हुण साडे फ्रिज हैगा फ्रिज भी दो की करने सारा कुछ मासी फ्रिज हैगा एलसीडी लगी हुई है ते एसी लग्या कूलर आ बाकी सानू ता कासे दी लोड़ नहीं सानू ता भाई असी ता कल्ली कुड़ी चाहिदी है सानू ता ओ भी काम कर ओ दो पैसे आपा ओ चीजा ते लाउन नो इदे ना खाता खला के ना नाम करा दे ना करा देंगे ओ तो चल मासी इन्ना दे काम ही होणगे इन्ना दा पैसा जो मर्जी करो चलो हुंदी रहणी है गल्ला चलो चाह बनाओ तुसी चलो खड़िया हो दो पैसे काम आ जांदे है जी पुत दे और आजो बाहर बैठने आपा खुले हां चल बाहर श्री अकाल जी हुणे हुणे तुसी साडी वीडियो देखी वीडियो किदां लगी कमेंटां दे विच जरूर दस्यो जे वीडियो वधिया लगदी हुंदी आ अपने यारां दोस्तां विच शेयर जरूर कर दिया करो एक गल होर जी वीडियो देखदे हो पर चैनल नूं नहीं सबसक्राइब करदे हैगे हथ जोड़ के बेनती है जी चैनल भी कर लियो सबसक्राइब ते नाल वाली बैल नूं जरूर दबा लियो तां जो साडे वीडियो दा नोटिफिकेशन तुहाडे तक पहुंच सके धन्नवाद जी सत श्री अकाल जी।